श्री गुरु गोविंद सिंह तांग लगी बिंद बिंद बार दे मजंद जंद बेख लांदार मैं दीद ने बिछाई करा मन तन बेच मरा शरदा मौज जीव मरा जामा बलगार मैं ऐसिया गुरां तो पाई बल बल जाई दे गुरां तो पागी बल बल जागी दे ओ ऐसिया गुरां तो पागी बल बल पाई बल बल जागी ऐसिया गुरां तो पागी बल बल जाई ओ ऐसिया गुरां तो पागी आप मुक्त मोहे तारे जी आप मुक्त मोहे तारे जी ओ आप मुक्त मोहे तारे जी आप मुक्त मोहे तारे जी पाई बल बल जाईदा ऐसिया गुरां तो पागी बल बल जाईदा बलगारी गोरे आपने दुवारी सग जन मानस ते देवत की करत न लागी बार मान योग सत्संगियो सुभागियां घड़ियां साहेब श्री गुरु ग्रंथ साहब जी पातशाह की हजूरी में बैठन दियां प्राप्त होइयां बाणी की पंक्ति है बड भागी हर संगत पावा बड़े भागां की निशानी है गुरु कोले बैठना माड़े कर्मां की निशानी है गुरु कोले बह के गल्लां करनियां जां गुरु कोले बैठन नूं चेतना करना माड़े कर्मां की निशानी है बाणी की पंक्ति है हर जस करते बात चलावा सो तन खाइया मूल कहा गुरु कोले बह के गल्लां करन वाला बंदा वह बड़ा गुनाहगार है गुसाई जी का जिक्र है तुलसी पूर्वले कर्म बिन हर जस सुनिया ना जाए कहिंदे चंगे भागां तो बगैर हरी का जस सुनिया तो की जाना बंदे का मत्था टेकन नूं चित नहीं करदा पट कहिंदे आ कहिंदे जब लो नहीं भाग ललार उदा कहिंदे जिन्ना चर मत्थे दे चंगे भाग ना होण कहिंदे उन्ना चर बंदे दा मत्था टेकन नू चित नहीं करदा बाणी दी पंक्ति है जिन के चित कठोर है बह ना सतगुर पास कठोर कहिंदे आ पत्थर नू कहिंदे जेडे बंदे दा हिरदा पत्थर वर्गा है ओ कदे गुरु कोले आण के ना मत्था टेके ना गुरु कोले आण के बैठे
ਜਿਹੜੇ ਬੰਦੇ ਦਾ ਹਿਰਦਾ ਪੱਥਰ ਵਰਗਾ। ਇਸ ਕਰਕੇ ਬਾਣੀ ਦੀ ਪੰਗਤੀ ਹੈ, ਵੱਡ ਭਾਗੀ ਹਰ ਸੰਗਤ ਪਾਵਾ, ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕੋਲੇ ਬੈਠਣਾ। ਫਿਰ ਮਹਾਰਾਜ ਕੀ ਕਹਿੰਦੇ, ਕਹਿੰਦੇ ਸਾਧਾਂ ਨਾਲੋਂ, ਸੰਤਾਂ ਨਾਲੋਂ, ਗੁਣੀ ਗਿਆਨੀਆਂ ਨਾਲੋਂ, ਤੇਰੇ ਨਾਲ ਸਾਰਿਆਂ ਨਾਲੋਂ ਵੱਡੇ ਭਾਗ ਹੈ। ਕਦੋਂ? ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਕਹਿੰਦੇ ਸਿੱਖ ਦੇ ਤਾਂ ਵੱਡੇ ਭਾਗ ਹੈ, ਕਹਿੰਦੇ ਜਦੋਂ ਸਿੱਖ ਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ। ਉਹ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਕਿਤਨੇ ਸਮੇਂ ਤੋਂ ਲੈ ਕੇ ਗੁਰਮੁਖ ਪਿਆਰਿਆਂ ਤੋਂ। ਆਪ ਜੀ ਨੇ ਗੁਰਮਤ ਦੀਆਂ ਵਿਚਾਰਾਂ ਸਰਵਣ ਕੀਤੀਆਂ। ਸੰਸਾਰ ਦੇ ਉੱਤੇ ਦੋ ਚੀਜ਼ਾਂ ਨੂੰ ਰੱਬ ਆਪ ਭੇਜਦਾ, ਉਹ ਕਿਹੜੀਆਂ ਕਿਹੜੀਆਂ? ਇੱਕ ਤਾਂ ਦੁਨੀਆਂ ਦੇ ਉੱਤੇ ਗੁਰੂ ਨਹੀਂ ਕਿਸੇ ਦਾ ਬਣਾਇਆ ਬਣਦਾ, ਭਾਵਾਂ ਦੀ ਲੱਖਾਂ ਬੰਦਾ ਮੱਥਾ ਟੇਕ ਦੇਵੇ ਗੁਰੂ ਨਹੀਂ ਬਣੂਗਾ। ਗੁਰੂ ਦੀ ਡਿਊਟੀ ਦਰਗਾਹ ਚੋਂ ਲੱਗਦੀ ਹੈ। ਮਹਾਰਾਜ ਸਿੱਧਾਂ ਨੂੰ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ, ਕਹਿੰਦੇ ਸਿੱਧੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ, ਕਹਿੰਦੇ ਜੋ ਵਾਹਿਗੁਰੂ ਕਾਲਖ ਤੋਂ ਰਹਿਤਾ। ਫਿਰ ਮਹਾਰਾਜ ਸਿੱਧਾਂ ਨੂੰ ਕਹਿੰਦੇ ਸਿੱਧੋ ਤੁਸੀਂ ਸ਼ਕਤੀਆਂ ਦਿਖਾਉਣੇ ਆ, ਤੁਹਾਡੇ ਕੋਲ ਕਰਾਮਾਤਾਂ ਹੈਗੀਆਂ, ਪਰ ਤੁਸੀਂ ਗੁਰੂ ਨਹੀਂ ਬਣ ਸਕਦੇ। ਕਹਿੰਦੇ ਇਹਦਾ ਮਤਲਬ ਕੀ ਆ? ਮਹਾਰਾਜ ਕਹਿੰਦੇ ਜੇ ਯੁਗ ਚਾਰੇ ਆਰ ਜਾ, ਜੇ ਚਾਰਾਂ ਯੁੱਗਾਂ ਦੀ ਬੰਦੇ ਦੀ ਆਰਜੂ ਹੋ ਜਾਏ ਤਾਂ ਵੀ ਗੁਰੂ ਨਹੀਂ ਬਣ ਸਕਦਾ। ਹੋਰ ਦਸੂਣੀ ਹੋਏ, ਅੱਠਾਂ ਯੁੱਗਾਂ ਦੀ ਹੋ ਜਾਏ, ਸੋਲਾਂ ਯੁੱਗਾਂ ਦੀ ਹੋ ਜਾਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾਂ। ਕਹਿੰਦੇ ਨੌ ਖੰਡ ਉਹਦੀ ਨਾ ਪੂਜਾ ਪ੍ਰਜਸ਼ਟਾ ਕਰਨ, ਉਹਦਾ ਸਤਿਕਾਰ ਕਰਨ, ਨਾਲ ਚੱਲਾਂ। ਉਹਦੇ ਮਗਰ ਲੋਕ ਬਹੀਰਾਂ ਕੱਤੀ ਫਿਰਨ, ਭਈਆ ਉਹਦਾ ਬੜਾ ਵੱਡਾ ਸੰਤ ਆ, ਬੜਾ ਵੱਡੀ ਤਾਕਤ ਆ ਇਹਦੇ ਕੋਲ, ਚੰਗਾ ਨਾਂ ਰਖਾ ਕੇ। ਕਹਿੰਦੇ ਨਾਂ ਵੀ ਰੱਬ ਦੇ ਮੁਕਾਬਲੇ ਚ ਰਖਾ ਲਵੇ, ਚੰਗਾ ਨਾਂ ਰਖਾ ਕੇ ਜਸ ਕੀਰਤ ਜੱਗ ਲੈ, ਲੋਕ ਉਹਦੀਆਂ ਕਵਿਤਾਵਾਂ ਗਾਉਣ, ਲੋਕ ਉਹਦਾ ਕੀਰਤਨ ਕਰਨ। ਪਰ ਮਹਾਰਾਜ ਕਹਿੰਦੇ ਸਿੱਧੋ ਚੰਗਾ ਨਾਂ ਰਖਾ ਕੇ ਜਸ ਕੀਰਤ ਜੱਗ ਲੈ, ਜੇ ਤਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ। ਕਹਿੰਦੇ ਜੇ ਰੱਬ ਦੀ ਨਿਗਾਹ ਚ ਨਾ ਆਇਆ ਤੇ ਦਰਗਾਹ ਦੇ ਵਿੱਚ ਕਿਸੇ ਨੇ ਬਾਤ ਨੀ ਪੁੱਛਣੀ। ਉਹ ਐ ਪਿਆ ਹੋ ਦਰਗਾਹ ਦੇ ਵਿੱਚ ਜਿਵੇਂ ਗੰਦਗੀ ਦਾ ਕੀੜਾ ਹੁੰਦਾ, ਕੀਟਾਂ ਅੰਦਰ ਕੀਟ, ਕੀਟਾਂ ਅੰਦਰ ਕਹਿੰਦੇ ਮਤਲਬ ਗੰਦਗੀ ਦੇ ਕੀੜੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਜਿਹੜੇ ਨਰਕਗਾਮੀ ਪੁਰਸ਼ ਹੋਣਗੇ ਉਹ ਕਹਿਣਗੇ ਆ ਵੀ ਆਪਣੇ ਚ ਪਿਆ, ਲੋਕ ਤਾਂ ਇਹਨੂੰ ਬੜਾ ਮੱਥਾ ਟੇਕਦੇ ਸੀ। ਮਹਾਰਾਜ ਛੇਵੇਂ ਪਾਤਸ਼ਾਹ ਲਧਾਈ ਕੇ ਪਿੰਡ ਆ ਮੋਗੇ ਕੋਲੇ ਬੈਠੇ, ਇੱਕ ਬੜਾ ਵੱਡਾ ਸੱਪ ਤੁਰਿਆ ਹੁੰਦਾ ਸਰਾਲ। ਬਿਧੀ ਚੰਦ ਹੋਣੀ ਕਹਿੰਦੇ ਮਹਾਰਾਜ ਮਾਰ ਦੇਵੇ? ਕਹਿੰਦੇ ਨਹੀਂ। ਕਹਿੰਦੇ ਬਾਬਾ ਜੀ ਇਹਦਾ ਕੀ ਮਤਲਬ ਹੈ? ਕਹਿੰਦੇ ਜਦੋਂ ਅਸੀਂ ਗੁਰੂ ਨਾਨਕ ਦੇ ਰੂਪ ਵਿੱਚ ਸੀ ਨਾ ਉਦੋਂ ਕਹਿੰਦੇ ਡੇਰੇ ਦਾ ਮੰਤ ਸੀ। ਕਹਿੰਦੇ ਬਾਬਾ ਜੀ ਸੰਤਾਂ ਮਹੰਤਾਂ ਨੂੰ ਵੀ ਸੱਪ ਬਣਨਾ ਪੈਂਦਾ? ਕਹਿੰਦੇ ਹਾਂ ਭਾਈ, ਜਦੋਂ ਬੰਦਾ ਮਾਇਆ ਦੇ ਲਾਲ ਚ ਰਹਿ ਜੇ ਫਿਰ ਉਹਨੂੰ ਸਾਫੀ ਬਣਨਾ ਪੈਂਦਾ। ਅੰਤ ਕਾਲ ਜੋ ਲਛਮੀ ਸਿਮਰਾ ਐਸੀ ਚਿੰਤਾ, ਮੈਂ ਜੋ ਮਰਾਂ ਸਰਪ ਜੌਨ ਬਲ ਬਲ ਔਤਰਾ। ਕਹਿੰਦੇ ਭਾਈ ਉਹ ਜੇ ਬੰਦੇ ਨੂੰ, ਕਹਿੰਦੇ ਬਾਬਾ ਜੀ ਇਹਨੂੰ ਫਿਰ ਸੱਪ ਕਿਉਂ ਮਿਲ ਜੂਣ ਮਿਲ ਗਈ? ਕਹਿੰਦੇ ਅਸੀਂ ਇਹਦੇ ਡੇਰੇ ਜਾ ਵੜੇ, ਅਸੀਂ ਜਾ ਕੇ ਡੇਰੇ ਕਿਹਾ ਵੀ ਪ੍ਰਸ਼ਾਦਾ ਪਾਣੀ ਛਕਣਾ। ਕਹਿੰਦਾ ਹੁਣ ਕੋਈ ਟਾਈਮ? ਕਹਿੰਦੇ ਸਾਡੇ ਮੂੰਹੋਂ ਨਿਕਲ ਗਿਆ ਵੀ ਦੇਖ ਕਿਵੇਂ ਸਰਾਲ ਵਾਂਗੂ ਪਿਆ। ਕਹਿੰਦੇ ਇਹਨੇ ਮਰਦਾਨੇ ਨੂੰ ਪੁੱਛ ਲਿਆ ਵੀ ਇਹ ਕੌਣ ਹੈ ਜਿਹੜਾ ਮੈਨੂੰ ਕਹਿੰਦਾ ਸਰਾਲ ਵਾਂਗੂ ਪਿਆ? ਕਹਿੰਦੇ ਮਰਦਾਨਾ ਕਹਿੰਦਾ ਵੀ ਇਹ ਨਾਨਕ ਨਿਰੰਕਾਰੀ ਹੈ। ਕਹਿੰਦੇ ਮੰਤ ਦੇ ਪ੍ਰਾਣ ਪੜੇ ਵੇ ਸੀ, ਇੱਕ ਭਵਿੱਖਤ ਪ੍ਰਾਣ ਹੈ, ਭਵਿੱਖਤ ਪ੍ਰਾਣ ਦੇ ਵਿੱਚ ਮਤਲਬ ਆਉਣ ਵਾਲੀ ਗੱਲ ਜਿਹੜੀ ਅੱਜ ਤੋਂ ਗਾਹਾਂ ਨੂੰ ਆਉਣੀ ਆ ਗੱਲ। ਕਹਿੰਦੇ ਭਵਿੱਖਤ ਪੁਰਾਣ ਦੇ ਵਿੱਚ ਲਿਖਿਆ ਸੀ ਬਈ ਰੱਬ ਨੇ ਗੁਰੂ ਨਾਨਕ ਦੇ ਰੂਪ ਦੇ ਵਿੱਚ ਆ ਪਾਉਂਦਾ, ਭਵਿੱਖਤ ਪੁਰਾਣ ਵਿੱਚ ਨਾ ਇਹ ਲਿਖਿਆ ਬਈ ਰੱਬ ਨੇ ਨਾ ਗੁਰੂ ਨਾਨਕ ਦੇ ਰੂਪ ਦੇ ਵਿੱਚ ਆ ਪਾਉਣਾ, ਬਈ ਉਹੀ ਤਾਂ ਨਹੀਂ ਆ ਗਿਆ ਕਿਤੇ।
कहिंदे सानू कहिंदा जी हुण वचन तुहाडा पूरा होना, मैनू सरालता बनना पैणा ते मैनू बख्शोगे कदों। गुरु नानक कहिंदे भी असीं इहदे नाल वचन कीता सी वी तैनूं छेवें जामे च बख्शांगे। सराल नेड़े आ गया, सप बड़ा वड्डा, महाराज ने चरण छुआया छेवें पातशाह ने, सप दा शरीर खखड़ी वांगू फट गया, पेट दे विच कीड़े कीड़ियां पै गए। सेवादार ने पूछा महाराज जी ये सप तो चलो मन्या डेरे दा मंत सी, आ कीड़े कीड़ियां कौन है? महाराज छेवें पातशाह कहिंदे भाई कीड़े कीड़ियां वो है जेड़े इनू गुरु समझ के मत्था टेकी जांदे सी ना, उन्हां नू कीड़े कीड़ियां बन के दा मास खाना पै गया। आप डूबे चो भेद में चेले दिए बहाए, कहिंदे आप तो इन्हें डुबना सी, आ जिहड़े चेले चेलियां मत्था टेकदे सी हुण आपां देणे ही आ। कोई कहूगा जी असीं वडेरियां दे चले, ना पता भी वडेरे किहे जे हुंदे। कोई मड़ी नू कोई कबर नू, मुसलमान कदे भी कबर नू मत्था नहीं टेकदा। देख तुसीं मुसलमान नू कह के देख लो भी कबर नू मत्था, कहूगा मिट्टी है, मिट्टी नू सिख टेकदे, भूतां तों डरदे आ सिख, सिख भूतां तों डरदे, कबरां नू मत्था टेक के जांदे। देख लो किड्डी भैड़ी हालत, इन्हां नू ना गुरु नानक ते माण है, ना इन्हां नू पुत्तरां दे दानीता सत्कार। इहो जिहे लोक है जिहड़े इहो जिहियां चीज़ां नू भैड़ियां जिहियां नू मत्था टेकदे आ, इउं समझ लैणा इन्हां नू दसवें पातशाह चेता ही नहीं, इन्हां नू गुरु नानक भी चेते नहीं, जिहड़ा रीठे मिठे कर सकदा मरियां च जान पा सकदा गुरु नानक। गुरु नानक कोई मामूली चीज नहीं सी। महाराज कहिंदे भी आप तां इहने डुबणा सी, आ चेले चेलियां भी इहदे नाल ही डुब गए। काचे गुरते मुक्त ना, मेरा कहण दा मतलब लै गुरु नानक देव महाराज ने संसार ते उदों आउणा कीता। अवतार कदों आउंदे आ? उदों आउंदे आ जब जब होए धर्म गलानी, जदों किसी धर्म की हानि होण लग जे, जदों किसी धर्म नूं खतरा पै जे, उदों फिर की हुंदा है? उदों जुल्म फैल जांदा है ते लोग अकर्त कण बन जांदे आ। अकर्त कण दा भार धरती चक्कण नूं तैयार नहीं। अकर्त कण कहिंदे आ जिहड़ा किसे दे कीते नूं भुला जाए, उहनूं अकर्त कण कहिंदे। अकर्त कणा दा भार हो गया, धरती ने पुकारां कीतियां, भारे पोई अकर्त कण, मंदी हूं मंदे, हे अकाल पुरख कृपा करो मेरे उत्ते अकर्त कणा दा भार हो गया, मैं कितें निगर ही ना जावां। कहिंदे जदों धरती ने पुकारां कीतियां सुनी पुकार दतार प्रभ, अकाल पुरख ने पकार सुनी, फिर गुरु नानक जग महे पठाया। मतलब है गुरुआं दा ना जन्म हुंदा ते गुरुआं दी ड्यूटी दरगाह चो लगदी है, किते नहीं आउंदा भी गुरु नानक दा जन्म होया। की आऊगा? सतगुरु नानक प्रगटिया। मेरा कहण दा मतलब है गुरु दा कदे जन्म नहीं हुंदा ते जन्म खालसे का भी नहीं होया। भावें दी विसाखी का दिहाड़ा मनाउंदे आ पर खालसा प्रगट होया जन्म नहीं होया। मेरा कहने का मतलब प्रगट खालसा परमात्मा की मौज। मेरा कहने का मतलब है इन्हां चीजां दे जन्म नहीं हुंदे, जन्म हुंदे दुनियावी बंदियां दे, भगतां दे संतां दे, इन्हां दे जन्म कह सकदे आ, पर गुरुआं दे प्रकाश उत्सव हुंदे आ, जन्म नहीं हुंदे। ਸ਼ਹੀਦੀ ਦਿਹਾੜੇ ਨੂੰ ਤੁਸੀਂ ਪ੍ਰਕਾਸ਼ ਉਤਸਵ ਨਹੀਂ ਕਹਿ ਸਕਦੇ। ਸ਼ਹੀਦੀ ਦਿਹਾੜਾ ਹੋਵੇ ਨਾ ਉਹਨੂੰ ਕਦੇ ਤੁਸੀਂ ਪ੍ਰਕਾਸ਼ ਉਤਸਵ ਨਹੀਂ ਕਹਿ ਸਕਦੇ। ਅਸਲੀ ਪ੍ਰਕਾਸ਼ ਉਤਸਵ ਗੁਰੂ ਦੇ ਆਉਣ ਦਾ ਹੀ ਹੈ। ਮੇਰਾ ਕਹਿਣ ਦਾ ਮਤਲਬ ਹੈ ਦੌਲਤਾਂ ਦਾਈ ਨੂੰ ਕਿਵੇਂ ਚਾਹ ਚੜਿਆ ਹੋਣਾ ਬਈ ਮੇਰੇ ਹੱਥਾਂ ਦੇ ਵਿੱਚ ਕਿਤਨੇ ਹੀ ਜਨਮ ਹੋਏ ਹੈ ਪਰ ਇਹੋ ਜਿਹਾ ਨਹੀਂ ਜਿਹਦੇ संसार दे उत्ते आउण दे नाल प्रकाश ही प्रकाश हो जाए। इहनूं कहिंदे सतगुर नानक प्रगटिया। मिट्टी धुंद पापां दी धुंद खत्म हो जाए ते ज्ञान दा सूरज चढ़ जाए। मेरा कहण दा मतलब है
ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ 550 ਸਾਲ ਹੋ ਜਾਣਾ। ਪਰ ਇੱਕ ਬੇਨਤੀ ਹੈ, ਪ੍ਰਕਾਸ਼ ਉਤਸਵ ਇਹ ਨਹੀਂ ਹੁੰਦਾ ਵੀ ਆਪਾਂ ਇਕੱਠੇ ਹੋ ਜਾਓ। ਉੱਥੇ ਜੀ ਜਲੇਬੀਆਂ ਕੱਢੀਆਂ ਸੀ, ਉੱਥੇ ਦੇਗ ਬਣਾਈ ਸੀ, ਉੱਥੇ ਜੀ ਬੜਾ ਇਕੱਠ ਹੋਇਆ, ਉੱਥੇ ਜੀ ਪੜਾਕੇ ਚੱਲੇ ਸੀ। ਉੱਥੇ ਆ ਇਹ ਸੋਚਣਾ ਵੀ 550 ਸਾਲ ਦੇ ਵਿੱਚ ਅਸੀਂ ਕੀ ਖੱਟਿਆ। ਕੱਟ ਕੁੱਟ ਤਾਂ ਅੱਗੇ ਵੀ, ਗੁਰਪੁਰਬ ਤਾਂ ਅੱਗੇ ਵੀ ਮਨਾਈ ਜਾਂਦੇ ਆ, ਅੱਗੇ ਕਿਹੜਾ ਕੰਡ ਪਾਠ ਨਹੀਂ ਕਰਾਉਂਦੇ, ਘਰ ਘਰ ਹੁੰਦੇ ਆ। ਪਰ ਇਹ ਸੋਚੋ ਜ਼ਿੰਦਗੀ ਚ ਸਮੁੱਚੀ ਕੌਮ ਨੇ ਬਈ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਨੂੰ 550 ਸਾਲ ਹੋ ਗਏ। ਪਹਿਲੀ ਗੱਲ ਤਾਂ ਇਹ ਸੋਚੋ ਵੀ ਸਿੱਖ ਕੌਮ ਇਉਂ ਸੋਚੋ ਵੀ ਸਾਡੇ ਚ ਏਕਤਾ ਹੈਗੀ ਆ। ਗੁਰੂ ਨਾਨਕ ਤਾਂ ਕਹਿੰਦਾ ਹੋਵੋ ਇਕੱਤਰ ਮਿਲੋ ਮੇਰੇ ਭਾਈ, ਤੇ ਅੱਜ ਦਾ ਬੰਦਾ ਕੋਲੇ ਬਹਿ ਕੇ ਨਹੀਂ ਰਾਜੀ। ਕਿਸੇ ਨੂੰ ਭਵਨ ਦੀ ਚੌਧਰ ਦਾ ਨਸ਼ਾ ਇੰਨਾ ਚੜ੍ਹਦਾ, ਚਾਰ ਚੀਜ਼ਾਂ ਦਾ ਨਸ਼ਾ ਬੜਾ ਭੈੜਾ, ਇੱਕ ਚੌਧਰ ਦਾ ਨਸ਼ਾ, ਇੱਕ ਜਵਾਨੀ ਦਾ ਨਸ਼ਾ, ਇੱਕ ਪਦਾਰਥ ਦਾ ਨਸ਼ਾ, ਇੱਕ ਪਰਬਤਾ ਦਾ ਨਸ਼ਾ, ਇਹ ਚਾਰ ਚੀਜ਼ਾਂ ਦਾ ਨਸ਼ਾ ਬੰਦੇ ਨੂੰ ਮੌਤ ਨਹੀਂ ਚੇਤੇ ਰਹਿਣ ਦਿੰਦਾ। ਭਵਨ ਦੀ ਕਿਸੇ ਨੂੰ ਤੂੜੀ ਵਾਲੇ ਕੋਠੇ ਦੀ ਚੌਧਰ ਦੇ ਦਿਓ ਤੇ ਮੂਹਰੇ ਕੁਰਸੀ ਡਾਹ ਕੇ ਬਹਿ ਜੂ, ਪਤਾ ਨਹੀਂ ਮੈਂ ਕੀ ਬਣ ਗਿਆ। ਗੁਰਦੁਆਰੇ ਦਾ ਪ੍ਰਧਾਨ ਬਣ ਜਾਏ, ਗ੍ਰੰਥੀ ਨੂੰ ਨਹੀਂ ਟਿਕਣ ਦਿਓ। ਇਹ ਨਸ਼ਾ ਬੰਦੇ ਦਾ ਰਾਜ ਤੋਂ ਅਭਿਮਾਨੰ। ਸੰਤ ਫਤਿਹ ਸੋ ਰਿਹਾ ਹੋਣਾ 13-14 ਸਾਲ ਪ੍ਰਧਾਨ, ਸੰਤ ਬਾਬਾ ਚੰਨਣ ਸਿੰਘ ਸੀ ਮੁੱਲਾਪੁਰ ਦੇ, ਇਹ ਪ੍ਰਧਾਨ ਰਹੇ। ਉਹ ਕਿਆ ਕਰਦੇ, ਉਹ ਕਹਿੰਦੇ ਵੀ ਭਵਾਂ ਦੀ ਕਿਸੇ ਨੂੰ ਜਿਹੋ ਜਿਹੀ ਮਰਜ਼ੀ ਚੌਧਰ ਦੇ ਦਿਓ। ਕਹਿੰਦੇ ਮੈਂ ਬੁੱਢੇ ਜੋੜ ਸੇਵਾ ਕਰਦਾ ਸੀ ਬਾਬਾ ਫਤਿਹ ਸਿੰਘ, ਸੰਤ ਫਤਿਹ ਸਿੰਘ ਨੇ ਬੁੱਢੇ ਜੋੜ ਸੇਵਾ ਕਰਨੀ ਤੇ ਲੋਕਾਂ ਨੇ ਲਿਆ ਕੇ 1200 ਮਾਸਟਰ ਦੇ ਮੁਕਾਬਲੇ 'ਚ ਖੜਾ ਕਰਤਾ। ਉਹਨਾਂ ਨੇ ਕਿਹਾ ਕਰਨਾ ਵੀ ਚੌਧਰ ਦਾ ਨਸ਼ਾ ਤਾਂ ਇਹੋ ਜਿਹਾ ਭੈੜਾ, ਕਹਿੰਦੇ ਭਾਵਾਂ ਦੀ ਕਿਸੇ ਨੂੰ ਤੂੜੀ ਵਾਲੇ ਕੋਠੇ ਦੀ ਦੇ ਦਿਓ, ਉਹਦੇ ਮੂਹਰੇ ਕੁਰਸੀ ਡਾਹ ਕੇ ਬਹਿ ਜਾ। ਚੌਧਰ ਦੇ ਨਸ਼ੇ 'ਚ ਆਇਆ ਬੰਦਾ ਭਰਾਵਾਂ ਨੂੰ ਮਾਰਦਾ, ਚੌਧਰ ਦੇ ਨਸ਼ੇ 'ਚ ਆਇਆ ਬੰਦਾ ਭਰਾਵਾਂ ਨੂੰ ਮਾਰਦਾ। ਔਰੰਗਜ਼ੇਬ ਬਾਦਸ਼ਾਹ ਨੂੰ ਚੌਧਰ ਦਾ ਨਸ਼ਾ ਚੜ੍ਹ ਗਿਆ। ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਚੌਧਰ ਦਾ ਨਸ਼ਾ ਚੜ੍ਹਿਆ ਤੇ ਕਹਿੰਦਾ ਇਉਂ ਕਰੋ, ਮੇਰੇ ਭਰਾ ਦਾ ਤੁਹਾਡੇ ਨਾਲੋਂ ਸਿਰ ਵੱਢ ਦਿਓ। ਦਾਰੇ ਸ਼ਕੋਹ ਦਾ, ਦਾਰਾ ਸ਼ਕੋਹ ਭਰਾ ਸੀ ਔਰੰਗਜ਼ੇਬ ਦਾ, ਸ਼ਾਹਜਹਾਂ ਸੀ ਉਹਦਾ ਪਿਓ। ਬਿਮਾਰ ਪਿਤਾ ਨੂੰ ਮੇਰੇ ਨੂੰ ਸਜ਼ਾ ਛੱਡ ਦਿਓ। ਇਹਨੂੰ ਕਹਿੰਦੇ ਰਾਜ ਮਾਧ ਦਾ ਨਸ਼ਾ ਕਿੱਡਾ ਭੈੜਾ। ਆਪਾਂ ਕੀ ਲੱਗਦੇ ਹਾਂ ਇਹਨਾਂ ਦੇ ਲੋਕਾਂ ਦੇ? ਜੇ ਤੁਸੀਂ ਕਹੋ ਰਾਜਨੀਤਿਕ ਲੋਕਾਂ ਦੇ ਤੁਸੀਂ ਕੁਛ ਨਹੀਂ ਲੱਗਦੇ, ਜਿੰਨਾ ਚਿਰ ਤੁਸੀਂ ਐਵੇਂ ਪਿੱਠ ਪੂਰੀ ਜਾਵੋਗੇ ਤੁਹਾਡੇ ਕੋਲ ਇੰਨੀ ਮੁੜ ਕੇ ਪੁੱਛਣਾ ਹੀ ਨਹੀਂ ਕਿੱਥੇ ਕਰ। ਐਵੇਂ ਨੀ ਗੁਰੂ ਨਾਨਕ ਨੇ ਉਸ ਵੇਲੇ ਦੇ ਰਾਜਿਆਂ ਨੂੰ ਕਿਹਾ, ਰਾਜਾ ਸ਼ੀ ਰਾਜਾ ਤੁਸੀਂ ਸ਼ੇਰ ਬਣ ਗਏ, ਉਹ ਪਰਜਾ ਨੂੰ ਤੰਗ ਕਰਦੇ। ਗੁਰੂ ਨਾਨਕ ਦੇ ਮਹਾਰਾਜ ਰੂਮ ਚ ਚਲੇ ਗਏ, ਰੂਮ ਦਾ ਬਾਦਸ਼ਾਹ ਕੌਰੂ ਸੀ ਜੀ ਨੇ ਮੁਰਦਿਆਂ ਦੇ ਮੂੰਹਾਂ ਚ ਰੁਪਈਏ ਕੱਢੇ। ਮਹਾਰਾਜ ਰੂਮ ਦੇ ਦੇਸ਼ ਚ ਗਏ ਤੇ ਮਹਾਰਾਜ ਨੇ ਪੁੱਛਿਆ ਵੀ ਇਉਂ ਦੱਸੋ ਇੱਥੋਂ ਦਾ ਰਾਜਾ ਕਿਹੋ ਜਿਹਾ? ਕਹਿੰਦੇ ਮਹਾਰਾਜ ਜੀ ਇੱਥੋਂ ਦਾ ਰਾਜਾ ਤਾਂ ਇਹੋ ਜਿਹਾ ਜ਼ਾਲਮ ਆ, ਉਹਨੇ ਮੁਰਦਿਆਂ ਦੇ ਮੂੰਹਾਂ ਚ ਰੁਪਈਏ ਨਹੀਂ ਛੱਡੇ। ਉਹ ਕਹਿੰਦੇ ਉਹ ਰਾਜਾ ਤਾਂ ਦੇਸ਼ ਦਾ ਮਾਤਾ ਪਿਤਾ ਹੁੰਦਾ। ਰਾਜਾ ਪਹਿਲੀ ਗੱਲ ਤਾਂ ਰਾਜਾ ਰੱਜੇ ਵੀ ਨੂੰ ਕਹਿੰਦੇ ਆ, ਜਿਹੜਾ ਆਪ ਹੀ ਨਹੀਂ ਰੱਜਿਆ ਉਹਨੇ ਕੀ ਰਾਜ ਕਰ ਲੈਣਾ, ਭਾਵੇਂ ਕੋਈ ਵੀ ਹੋਵੇ ਰੱਜੇ ਵੀ ਦਾ ਨਾ ਰਾਜਾ। ਉਹ ਕਹਿੰਦੇ ਵੀ ਰਾਜਾ ਤਾਂ ਦੇਸ਼ ਦਾ ਮਾਂ ਪਿਆ ਹੁੰਦਾ। ਕਹਿੰਦੇ ਕਿਹੋ ਜਿਹਾ ਹੁੰਦਾ ਹੈ? ਕਹਿੰਦੇ ਰਾਜਾ ਉਹਨੂੰ ਕਹਿੰਦੇ ਆ ਕਿਸੇ ਬੰਦੇ ਦੇ ਘਰੇ ਰੋਟੀ ਨਾ ਪੱਕਦੀ ਹੋਵੇ, ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦਾ ਹੋਵੇ ਬੰਦਾ, ਤੇ ਰਾਜਾ ਉਹਦੇ ਘਰੇ ਰਾਸ਼ਨ ਛੱਡ ਕੇ ਆਵੇ, ਉਹਨੂੰ ਰਾਜਾ ਕਹਿੰਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਜੁੱਤੀਆਂ ਗੰਢਣ ਵਾਲੇ ਬੰਦੇ ਦੇ ਘਰੇ ਆਪ ਰਾਸ਼ਨ ਛੱਡਣ ਜਾਂਦਾ, ਉਹਨੂੰ ਰਾਜਾ ਕਹਿੰਦੇ। ਪਾਟੇ ਭਰਾ ਸਾਦੇ ਕੱਪੜੇ ਪਾਏ ਆ, ਇਹਨੂੰ ਰਾਜਾ ਕਹਿੰਦੇ ਆ। ਕਿਸੇ ਮਾਈ ਨੇ ਰਾਜਾ ਰਣਜੀਤ ਸਿੰਘ ਦੇ ਕੋਲੇ ਆਣ ਕੇ ਨਾ ਉਹਦੇ ਸਰੀਰ ਦੇ ਨਾਲ ਆਪਦਾ ਤਵਾ ਘਸਾਉਣ ਲੱਗੀ। ਉਹ ਕਹਿੰਦੇ ਵੀ ਇਹ ਕੀ ਗੱਲ ਹੈ? ਕਹਿੰਦੀ ਮੈਂ ਸੁਣਿਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਸਾਇਣ ਹੈ, ਰਸਾਇਣ ਅੱਠਾਂ ਧਾਤੂਆਂ ਨੂੰ ਸੋਨਾ ਬਣਾ ਦਿੰਦਾ ਤੇ ਮੇਰਾ ਤਵਾ ਸੋਨੇ ਦਾ ਬਣ ਗਿਆ, ਮੈਂ ਤਾਂ ਰੱਜ ਕੇ ਖਾਊਂਗੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ, ਕਹਿੰਦਾ ਮਾਤਾ ਮੈਂ ਰਸਾਇਣ ਨਹੀਂ, ਇਹ ਮੇਰੇ ਤੇ ਦਾਤ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਮੈਂ ਨਹੀਂ ਰਸਾਇਣ, ਮੇਰੇ ਤੇ ਮੇਰਾ ਗੁਰੂ ਰਾਮਦਾਸ ਜਗੈ
पर तू यों कर करे चल तेरे करे सोने दा तो वही आ जूगा। शेरे पंजाब महाराज रणजीत सिंह आण के की कीता आपदा शाही लिबास लाता, शाही लिबास ला के सोने का तवा लेके माई का बार खड़का, माता तेरे घरे सोने का तवा आ गया, लै आ संगत दे सेवादार ने तेन ले फड़ा के लिया के दिया। इन कहते राजा मेरा कहने का मतलब है इन कहते राज मद दा नशा। इस करके बाणी की पंक्ति है अत सुंदर, दुनिया का सोना सी जूस अद्धी अद्धी सूद की हट्टी च बिक गया, सारी दुनिया च सोना बंदा मिस्र की मंडी च ना अद्धी सूद की हट्टी च बिक गया, अत सुंदर कुलीर चतर दुनिया च तिखा सी फलातू, धर्मराज के जमने मरोड़ के रखता सारी दुनिया चो तिखा सी, मुख ज्ञानी दुनिया चो ज्ञानी सी रावण जिदे चार ही वेद मूह जवानी कंठ सी, ते धर्म जदों उहदा समा आया उहदे घरे दीवा बत्ती भी जगाउण वाला नहीं कोई रहा, जदों काल ने मारी ना झप इक लख पूत सवा लख नाती तह रावण कर दिया न बाती, चंद सूरज जाके तब तर सोई बसंतर जाके, और जिदे देवते रसोईयां करदे सी किड्डा ज्ञानी सी मूर्ख दा खिताब लै गया, मूर्ख रावण क्या लै गया, बाणी दी पंक्ति है। चौथे नां थां ते मुख ज्ञानी धनवंत अमीर सी कौरू महाराज ने ना एक नशीतनामा चारण किया, गुरु नानक ने गुरु ग्रंथ साहब च नहीं है नशीतनामा, नशीतनामा गुरु ग्रंथ साहब च नहीं, पर गुरु नानक ने कौरू नूं लाणतां पाईआं, कौरू ओए तू मुरदा दे मुंह च रुपये कढे तू इहो जिहा, तू इहो जिहा। जदों इन्नी गल होई ते कौरू नूं कहिंदे इक गल चेते रखी, तू इहदे विचों चाली गंजां दे विचों एक दमड़ी भी नाल नहीं लिजा सकदा, एक कौड़ी भी नाल नहीं तेरे जानी। जिवें किसी बंदे नूं पदार्थ दा नशा चढ़िया, मैं बेनती पहला कीती, एक दुनी चंद सेठ सी लाहौर दे इलाके, महाराज ने आसा दी वार दे ना 24 श्लोक उचारण किए हैं, तकरीबन 17 श्लोक लाहौर दे इड़ गेड़ च उचारण किए गुरु नानक ने आसा दी वार। एक अमीर बंदा वह महाराज नूं बड़ी बड़ियाई करदा, महाराज जी मेरे कोले आ पठान सी तकड़ा बंदा, क्यों बंदे अमीर बंदे नूं आप दी बड़ियाई दी भुख हुंदी है ताइयों गरीब की फतेह नहीं मानता, उन्हें पदार्थ का नशा होंदा, उन्हें पदार्थ का नशा चढ़िया ते गुरु नानक दे मूहरे खड़ के चब चब के गल्लां करे, महाराज कहिंदे गल सुनो, कहिंदा जी की गल, महाराज आसा दी वार दा 10वां श्लोक उचारण करदे उहदे परसाए, कहिंदे कूड़ राजा कूड़ परजा कूड़ सब संसार कूड़ मंडप कूड़ माड़ी कूड़ बैसनहार कूड़ सोना कूड़ रूपा कूड़ पहिननहार, कूड़ काया कूड़ कपड़ कूड़ रूप पार कूड़ मियां कूड़ भी विखप होए खुआर, कूड़ कूड़ा नेहो लागे बिसरिया करतार, किस नाल कीचा दोस्ती सब जग चलण, कहिंदे कादा माण करदा वे ते है नाल कजण वाली कीड़ी चीज है, जिहड़ा अहंकार दीआं गल्लां करदा सी गुरु नानक दे चरणां ते डिग। कौरू जिहड़ा कहिंदा सी मेरे कोले 40 गंजा गुरु नानक दे चरणां ते डिग पिआ, ते दुनी चंद सेठ जिहड़ा 100 ब्राह्मण नूं भोजन छकाउण लग्गिआ ते महाराज नूं कहिंदा तुसीं वी छक लो, कहिंदे की, कहिंदा जी मैं 101 ब्राह्मण नूं भोजन छकाउणा है, ते महाराज कहिंदे कादी खातर, कहिंदा जी मेरा प्यो मर गया सी पौना साल होने वाला, आपां कहिंदे होणा पौना साल पाठ करा दिए, कहिंदा मेरा प्यो मर गया सी उहदी निवृत मैं ना ब्राह्मणां नूं, महाराज कहिंदे तैनूं इउं पता वी तेरा प्यो कित्थे आ, कहिंदा बाबा जी नहीं, कहिंदा तेरा प्यो तां बघियाण बणिआ पिआ, तूं 101 ब्राह्मण नूं भोजन छकाउणा। दुनी चंद सोठी सोची पै गया, कहिंदा बाबा जी तुहानू किवें पता भी ओह बघियाण बणिआ पिआ, महाराज कहिंदे मैनू पता, मैनू तिन्ना कालां दी सोझी आ,
ਮੰਨਾ ਸਗਲ ਭਵਨ ਕੀ ਸੁੱਧ ਸੁੱਧ ਦਾ ਮਤਲਬ ਤਿੰਨਾਂ ਕਾਲਾਂ ਦੀ ਸੋਝੀ ਨਾਮ ਜਪਣ ਵਾਲੇ ਬੰਦੇ ਨੂੰ ਹੁੰਦੀ ਹੈ ਜਿਹਨੂੰ ਆਪਦੇ ਪਿੱਠ ਪਿੱਛੇ ਨਹੀਂ ਪਤਾ ਉਹਨੇ ਕੀ ਨਾਮ ਜਪਣਾ ਵੀ ਮੇਰੇ ਮਗਰ ਕੀ ਹੋਈ ਜਾਂਦਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਮੈਨੂੰ ਪਤਾ ਕਿਵੇਂ ਲੱਗੇ ਕਹਿੰਦੇ ਇਉਂ ਕਰ ਉਹ ਫਲਾਨੇ ਜੰਗਲ 'ਚ ਤੇਰਾ ਪਿਓ ਬਘਿਆੜ ਬਣਿਆ ਪਿਆ ਖੜਾ ਤੇ ਇਸ ਵੇਲੇ ਉਹਦੇ ਅੱਖਾਂ 'ਚ ਪਾਣੀ ਹੈ ਤੇ ਉਹ ਪਛਤਾਉਂਦਾ ਵੀ ਮੈਂ ਮਨੁੱਛਾ ਜਨਮ ਵਿਗਾੜ ਲਿਆ ਕਹਿੰਦਾ ਬਾਬਾ ਜੀ ਮੈਨੂੰ ਕਿਵੇਂ ਪਤਾ ਲੱਗੂ ਕਹਿੰਦਾ ਸਾਡਾ ਸੀਤ ਪ੍ਰਸ਼ਾਦ ਲੈ ਜਾ ਸੀਤ ਪ੍ਰਸ਼ਾਦ ਦਾ ਮਤਲਬ ਹੈ ਗੁਰੂ ਦਾ ਭੋਗ ਲੱਗਿਆ ਹੁਣ ਸੀਤ ਪ੍ਰਸ਼ਾਦ ਕਹਿੰਦੇ ਆ ਪਰ ਅੱਜ ਲੋਕ ਭੋਗ ਲਾਉਣ ਨੂੰ ਕਹਿੰਦੇ ਨਹੀਂ ਕਹਿਣਗੇ ਪ੍ਰਵਾਨ ਹੋਵੇ ਪ੍ਰਵਾਨ ਦਾ ਮਤਲਬ ਕੀ ਹੈ ਵੀ ਚੀਜ਼ ਚੰਗੀ ਬਣੀ ਹੈ ਖਾਇਓ ਨਾ ਗੁਰੂ ਕਹਿੰਦਾ ਵੀ ਆਹ ਲੈ ਜਾ ਮੇਰਾ ਸੀਤ ਪ੍ਰਸ਼ਾਦ ਉਹਨੂੰ ਤੂੰ ਦਹੀਂ ਉਹਦੀ ਆਤਮਾ ਤੇਰੇ ਨਾਲ ਗੱਲਾਂ ਕਰੂਗੀ ਲੈ ਗਿਆ ਪ੍ਰਸ਼ਾਦ ਜਾਂਦੇ ਨੂੰ ਦੇਖਿਆ ਪਿਓ ਬਘਿਆੜ ਬਣਿਆ ਮਾਲਿਆਂ ਚ ਸਰ ਦਿੱਤਾ ਪਿਆ ਕਰ ਉਗਣ ਪੁੱਛੋ ਤਾਪ ਸੀਤ ਪ੍ਰਸ਼ਾਦ ਦਿੱਤਾ ਗੁਰੂ ਨਾਨਕ ਦਾ ਤੇ ਬਘਿਆੜ ਨੇ ਸਰੀਰ ਤਾਂ ਛੱਡਤਾ ਉਹਦੀ ਆਤਮਾ ਖੜ ਗਈ ਮੂਹਰੇ ਦੁਨੀ ਚੰਦ ਕਹਿੰਦੇ ਪੁੱਤ ਇਉਂ ਕਰੀ ਹੁਣ ਤੈਨੂੰ ਪੂਰਾ ਗੁਰੂ ਲੱਭ ਗਿਆ ਕਿਤੇ ਹੁਣ ਨਾ ਭੜਕਦਾ ਫਿਰ ਆਪਾਂ ਦੇਖ ਲਓ ਭੜਕਦੇ ਫਿਰਦੇ ਹਾਂ ਪੂਰੇ ਗੁਰੂ ਨੂੰ ਛੱਡ ਕੇ ਨਾ ਕੋਈ ਕਹਿ ਦੇ ਵੀ ਮੈਂ ਗੁਰੂ ਨਾਨਕ ਤੇ ਮੇਰਾ ਰੱਬ ਵਰਗਾ ਭਰੋਸਾ ਕੋਈ ਬੰਦਾ ਕਹਿ ਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਰੱਬ ਮੰਨਦਾ ਇੱਕ ਬੰਦਾ ਵੀ ਨਹੀਂ ਆਪਣੇ 'ਚ ਉੱਠਣਾ ਕਹਿ ਦਿਓ ਕੋਈ ਇੱਕ ਬੰਦਾ ਕਹਿ ਦੇ ਊਂ ਠੀਕ ਹੈ ਆਪਾਂ ਕਹੀ ਜਾਵਾਂਗੇ ਜੇ ਗੁਰੂ ਮਾਨਿਓ ਗ੍ਰੰਥ ਸਭ ਕੁਛ ਗੱਲਾਂ ਪੜ੍ਹਦੇ ਹਾਂ ਪਰ ਕਿਸੇ ਦੇ ਮਨ ਨੇ ਨਿਸ਼ਚੇ ਨਹੀਂ ਇਹ ਕੀਤਾ ਵੀ ਹਾਂ ਵੀ ਇਹ ਰੱਬ ਹੈ ਜਦੋਂ ਮਨ ਨੇ ਨਿਸ਼ਚੇ ਕਰ ਲਿਆ ਫਿਰ ਜਾ ਕਾ ਮਨ ਸਾਚਾ ਵਿਸ਼ਵਾਸ ਦੁਨੀ ਚੰਦ ਨੂੰ ਉਹਦਾ ਪਿਓ ਕਹਿੰਦਾ ਵੀ ਮੈਨੂੰ ਨਾ ਬਘਿਆੜ ਦੀ ਜਿਉਣ ਮਿਲ ਗਈ ਉਹ ਕਹਿੰਦਾ ਕਿਉਂ ਕਹਿੰਦਾ ਵੀ ਜਿਹੜਾ ਜਨਮ ਆ ਨਾ ਬੰਦੇ ਨੂੰ ਵਾਸਨਾ ਅਨੁਸਾਰ ਹੈ ਜਿਹੜਾ ਜਨਮ ਆ ਬੰਦੇ ਨੂੰ ਵਾਸਨਾ ਅਨੁਸਾਰ ਹੈ ਜੇ ਭਗਤ ਤਰਲੋਚਨ ਜੀ ਕਹਿੰਦੇ ਆ ਕਹਿੰਦੇ ਜੇ ਮਰਨ ਦੇ ਸਮੇਂ ਸੁਰਤੀ ਜਵਾਕਾਂ 'ਚ ਰਹੇ ਜੇ ਆਪਦੇ ਪੁੱਤਰ ਧੀਆਂ ਦੀ ਤਾਂ ਫਿਰ ਸੂਰ ਦਾ ਜਨਮ ਮਿਲਦਾ ਸੂਰੀ ਦਾ ਕਿ ਸੂਰੀ ਦੇ ਜਵਾਕ ਜ਼ਿਆਦੇ ਹੁੰਦੇ ਆ ਫਿਰ 18-18 ਜਵਾਕ ਜੰਮਦੀ ਹੈ ਤੇ ਨਾਲੇ ਗੰਦਗੀ ਖਾਂਦੀ ਫਿਰਦੀ ਨਾਲੇ ਜਵਾਕ ਪਾਲਦੀ ਫਿਰਦੀ ਕਹਿੰਦੇ ਜੇ ਜਵਾਕਾਂ 'ਚ ਸੁਰਤੀ ਰਹਿ ਜੇ ਨਾ ਫਿਰ ਸੂਰੀ ਦਾ ਜਨਮ ਜੇ ਘਰ 'ਚ ਸੁਰਤੀ ਰਹਿ ਜੇ ਫਿਰ ਪ੍ਰੇਤ ਬਣਦਾ ਹੈ ਜੇ ਮਾਇਆ 'ਚ ਸੁਰਤੀ ਰਹਿ ਜੇ ਸੱਪ ਬਣਦਾ ਜੇ ਇਸਤਰੀ ਦੀ ਪਤੀ 'ਚ ਰਹਿ ਜੇ ਪਤੀ ਦੀ ਇਸਤਰੀ ਦੀ ਫਿਰ ਬੇਸਵਾ ਦਾ ਜਨਮ ਮਿਲਦਾ ਅੰਤਕਾਲ ਜੋ ਇਸਤਰੀ ਸਿਮਰਾ ਏਸੀ ਚਿੰਤਾ ਮੈਂ ਜੇ ਮਰਾਂ ਬੇਸਵਾ ਜਾਣ ਬਾਲ ਬਾਲ ਔਤਰ ਫਿਰ ਬੇਸਵਾ ਦਾ ਜਨਮ ਮਿਲਦਾ ਕਹਿੰਦੇ ਕਿਤੇ ਇਹੋ ਜਿਹਾ ਸੁਭਾਗਾ ਸਮਾਂ ਹੋਵੇ ਮਰਨ ਦੇ ਸਮੇਂ ਮੂੰਹ ਦੇ ਵਿੱਚ ਰੱਬ ਦਾ ਆਉਂਦਾ ਦੁਨੀ ਚੰਦ ਨੂੰ ਉਹਦਾ ਪਿਓ ਕਹਿੰਦਾ ਵੀ ਸੱਚੀ ਗੱਲ ਤੈਨੂੰ ਦੱਸਾਂ ਜਦੋਂ ਮੇਰਾ ਅੰਤ ਦਾ ਸਮਾਂ ਆਇਆ ਨਾ ਮੇਰੀ ਸੁਰਤੀ ਮਾਸ 'ਚ ਚਲੀ ਗਈ ਆਪਣੇ ਗੁਆਂਢ ਤੜਕਾ ਲੱਗਦਾ ਸੀ ਮਾਸ ਰੰਨਦੇ ਸੀ ਮੇਰੀ ਸੁਰਤੀ ਗਈ ਅੰਤ ਦਾ ਸਮਾਂ ਆ ਗਿਆ ਮੈਨੂੰ ਰੱਬ ਨੇ ਬਘਿਆੜ ਬਣਾਤਾ ਵੀ ਲੈ ਉਹ ਕਰੀ ਹੁਣ ਮਾਸ ਖਾ ਖਾ ਕੇ ਰੱਜ ਰੱਬ ਨੇ ਨਾ ਬੰਦੇ ਨੂੰ 36 ਪਦਾਰਥ ਦਿੱਤੇ ਆ ਉਹਦੇ 'ਚ ਕਿਤੇ ਨਹੀਂ ਲਿਖਿਆ ਵੀ ਇਹ ਮਾਸ ਤੈਨੂੰ ਖਾਣ ਨੂੰ ਦਿੱਤਾ ਕਿਤੇ ਨਹੀਂ ਉਹਦੇ 'ਚ ਲਿਖਿਆ ਸ਼ਰਾਬ ਤੈਨੂੰ ਪੀਣ ਨੂੰ ਦਿੱਤੀ ਆ ਕਿਤੇ ਨਹੀਂ ਲਿਖਿਆ ਵੀ ਭੁੱਖੀ ਤੈਨੂੰ ਖਾਣ ਨੂੰ ਦਿੱਤੀ ਆ ਜੇ ਤੰਬਾਕੂ ਦੀ ਗੱਲ ਆਵੇ ਤੇ ਗੁਰੂ ਕਹੂਗਾ ਇਹਨੂੰ ਛੋਣਾ ਨਹੀਂ ਇਹਨੂੰ ਹੱਥ ਨਾ ਲਾ ਦੀ ਕਿਤੇ ਤੂੰ ਭ੍ਰਸ਼ਟ ਹੋ ਜਾਏਗਾ ਧਰਤਾ ਵੀ ਹਟ ਜੂਗਾ ਇਹਨੂੰ ਹੱਥ ਨਹੀਂ ਲਾਉਣਾ ਤਾਂ ਇਹ ਗੁਰੂ ਦਾ ਉਪਦੇਸ਼ ਆ ਮੈਂ ਆਪਦੇ ਕੋਲੋਂ ਨਹੀਂ ਗੱਲਾਂ ਕਰਦਾ ਮੇਰਾ ਕਹਿਣ ਦਾ ਮਤਲਬ 36 ਪਦਾਰਥ ਛਕਣ ਨੂੰ ਰੱਬ ਨੇ ਦਿੱਤਾ ਆ ਤੇ ਸੋਨੇ ਵਰਗੀ ਰੱਬ ਨੇ ਸਾਨੂੰ ਦੇ ਹੀ ਦਿੱਤੀ ਹੈ ਬਾਣੀ ਦੀ ਪੰਕਤੀ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਜਾ ਪ੍ਰਸ਼ਾਦ ਅਰੋਗ ਕੰਚਨ ਦੇਹੀ ਕੰਚਨ ਕਹਿੰਦੇ ਸੋਨੇ ਨੂੰ ਕਹਿੰਦੇ ਜਿਹੜੇ ਰੱਬ ਨੇ ਸੋਨੇ ਵਰਗੀ ਦੇਹੀ ਦਿੱਤੀ ਆ ਕਿਤੇ ਲੈਵਲ ਆਈ ਆ ਉਹਦੇ ਨਾਲ ਇੱਕ ਬੰਦਾ ਵੀ ਨਹੀਂ ਕਹਿੰਦਾ ਹੋਣਾ ਵੀ ਮੇਰੀ ਲੈਵਲ ਲੱਗੀ ਆ ਉਹਦੇ ਰੱਬ ਨੇ ਸੋਨੇ ਵਰਗੀ ਦੇਹੀ ਦਿੱਤੀ ਹੈ ਇਹ ਫਿਰ ਨਾਈਆਂ ਕੋਲ ਭੱਜ ਕੇ ਜਾਂਦਾ ਵੀ ਮੈਨੂੰ ਉਦੋਂ ਵੀ ਸੋਹਣਾ ਬਣਾ ਦੇਖੋ ਕਿੱਡਾ ਭੋਲਾ ਬੰਦਾ ਨਾਈਆਂ ਕੋਲ ਭੱਜ ਕੇ ਜਾਂਦਾ ਮੈਨੂੰ ਇਉਂ ਦੱਸੋ ਵੀ ਡਾਕਟਰ ਨੂੰ ਜਾ ਕੇ ਕਹਿ ਦਿਓ ਕਰੋੜ ਰੁਪਈਆ ਮੈਂ ਤੈਨੂੰ ਦਿੰਦਾ
ਬਈ ਡਾਕਟਰ ਸਾਹਿਬ ਇਉਂ ਕਰ ਮੇਰੇ ਤੀਜੀ ਅੱਖ ਲਾ ਦੇ ਮੈਨੂੰ ਪਿੱਛੇ ਨਹੀਂ ਦੀਦਾ ਕਰੋੜ ਰੁਪਈਏ ਨਾਲ ਨਹੀਂ ਲਾ ਸਕਦਾ ਡਾਕਟਰ ਨੂੰ ਕਹਿ ਦਿਓ ਬਈ ਇਉਂ ਕਰ ਡੇਢ ਕਰੋੜ ਰੁਪਈਆ ਮੈਂ ਦਿੰਦਾ ਮੇਰੇ ਦੋ ਬਾਹਾਂ ਹੋਰ ਲਾ ਦੇ ਨਹੀਂ ਲਾ ਸਕਦਾ ਬਾਣੀ ਦੀ ਪੰਕਤੀ ਆ ਜਨਕਨ ਕੀਤੇ ਅੱਖੀ ਨਾਕ ਕਹਿੰਦੇ ਇਹ ਕੰਨਾਂ ਦੀ ਨਾ ਕੀਮਤ ਕਿਸੇ ਬੋਲੇ ਨੂੰ ਪੁੱਛ ਕੇ ਦੇਖੋ ਇਹ ਕੰਨਾਂ ਦੀ ਕੀਮਤ ਕੀ ਹੈ ਅੱਖਾਂ ਦੀ ਕੀਮਤ ਕਿਸੇ ਅੰਨੇ ਨੂੰ ਪੁੱਛ ਕੇ ਦੇਖੋ ਵੀ ਅੰਨੇ ਦੀ ਕੀ ਅੱਖਾਂ ਦੀ ਕੀਮਤ ਕੀ ਹੈ ਜੀਵ ਦੀ ਕੀਮਤ ਕਿਸੇ ਗੁੰਗੇ ਨੂੰ ਪੁੱਛ ਕੇ ਦੇਖੋ ਵੀ ਜੀਵ ਦੀ ਕੀ ਕੀਮਤ ਕੀ ਹੈ ਨੈਣਨ ਵੇਖਾ ਸਾਧ ਸੇ ਨੈਣ ਬਹਿਲਿਆ ਕਰਨਨ ਸੁਣੀ ਕਿ ਨਾਦ ਕਰਨ ਮੁੰਦ ਘਾਲਿਆ ਰਸਨਾ ਜਪਾ ਨਾ ਨਾਮ ਤਲ ਤਲ ਕਰ ਕੱਟ ਗਿਆ ਹਰ ਗਾਂ ਜਾ ਬਿਸਰਾ ਗੋਬਿੰਦ ਰਾਏ ਦਿਨੋ ਦਿਨ ਕੱਟ ਦੁਨੀ ਚੰਦ ਜਦੋਂ ਸਾਧ ਸੰਗਤ ਆਪਦੇ ਪਿਤਾ ਨਾਲ ਗੱਲਾਂ ਕਰਦਾ ਤੇ ਉਹਦਾ ਪਿਤਾ ਕਹਿੰਦਾ ਮੇਰਾ ਗੁਰੂ ਨਾਨਕ ਨੇ ਆਧਾਰ ਕਰਤਾ ਹੁਣ ਤੂੰ ਗੁਰੂ ਨਾਨਕ ਦੇ ਚਰਨ ਨਾ ਤੂੰ ਛੱਡ ਦੀ ਆ ਗਿਆ ਘਰੇ ਮਹਾਰਾਜ ਕਹਿੰਦੇ ਵੀ ਕਿਉਂ ਕਹਿੰਦਾ ਮਹਾਰਾਜ ਬੜੀ ਕਿਰਪਾ ਕੀਤੀ ਤੁਸੀਂ ਤਾਂ ਮੇਰੇ ਪਿਤਾ ਦਾ ਆਧਾਰ ਕਰਤਾ ਪਰ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਬਈ ਚਾਰ ਚੀਜ਼ਾਂ ਦਾ ਨਸ਼ਾ ਬੜਾ ਭੈੜਾ ਤੇ ਦੁਨੀ ਚੰਦ ਨੂੰ ਪਦਾਰਥ ਦਾ ਨਸ਼ਾ ਮਾਇਆ ਦਾ ਮਹਾਰਾਜ ਨੂੰ ਕਹਿੰਦਾ ਬਾਬਾ ਜੀ ਤੁਸੀਂ ਮੇਰੇ ਪਿਓ ਦਾ ਆਧਾਰ ਕੀਤਾ ਦੱਸੋ ਕੀ ਦੇ ਦਿਆਂ ਕਹਿੰਦੇ ਤੂੰ ਸਾਨੂੰ ਕੀ ਦੇ ਸਕਦਾ ਕਹਿੰਦਾ ਬਾਬਾ ਜੀ ਆ ਮੇਰੇ ਨਾ ਜਿਹੜੇ ਬਨੇਰੇ ਤੋਂ ਜਿੰਨੇ ਝੰਡੇ ਖੜੇ ਝੰਡੇ ਝੁਲਦੇ ਆ ਇੰਨੇ ਲੱਖਾਂ ਰੁਪਈਆ ਮੇਰੇ ਕੋਲੇ ਆ ਕਹਿੰਦੇ ਗਿਣ ਲੱਗ ਜਾਵੇ ਕਿੰਨੇ ਕੁ ਝੰਡੇ ਆ ਉਹਨਾਂ ਸਮਿਆਂ ਦੇ ਵਿੱਚ 100 ਰੁਪਈਆ ਪਿੰਡ 'ਚ ਨਹੀਂ ਸੀ ਹੁੰਦਾ ਇਹ ਉਦੋਂ ਦੀ ਗੱਲ ਹੈ ਜਦੋਂ 100 ਰੁਪਈਆ ਪਿੰਡ 'ਚ ਨਹੀਂ ਸੀ ਹੁੰਦਾ ਹੁਣ ਉਹ ਝੰਡੇ ਗਿਣ ਗਿਣ ਦੱਸਦਾ ਗੁਰੂ ਨਾਨਕ ਨੂੰ ਵੀ ਮੇਰੇ ਕੋਲੇ ਇੰਨੇ ਲੱਖਾਂ ਰੁਪਈਆ ਦੱਸੋ ਮਹਾਰਾਜ ਕੋਈ ਡੇਰਾ ਬਣਾ ਦਿਆ ਮਹਾਰਾਜ ਜੀ ਦੱਸੋ ਕਿੰਨਾ ਬਣਾ ਮਹਾਰਾਜ ਨੇ ਸੋਚਿਆ ਗੁਰੂ ਨਾਨਕ ਨੇ ਵੀ ਇਹਨੂੰ ਹਜੇ ਵੀ ਅਕਲ ਨਹੀਂ ਆਈ ਨਾਲੇ ਇਹਦੇ ਪਿਓ ਦਾ ਆਧਾਰ ਕੀਤਾ ਇਹਦੇ ਪਿਓ ਨੂੰ ਬਘਿਆੜ ਬਣੇ ਮੈਨੂੰ ਮੈਂ ਤਾਰਿਆ ਦਿਮਾਗ ਇਹਦਾ ਹਜੇ ਵੀ ਸੱਟ ਬਾਰ ਬਾਰ ਵਡਿਆਈ ਮਾਰਦਾ ਦੱਸੋ ਕਿਹਦਾ ਮਹਾਰਾਜ ਉਹਨੂੰ ਸਮਝਾਉਣ ਦਾ ਢੰਗ ਮਹਾਰਾਜ ਦਾ ਵੱਖਰਾ ਹੀ ਸੀ ਮਹਾਰਾਜ ਕਹਿੰਦੇ ਇਉਂ ਕਰ ਆ ਸੂਈ ਲੈ ਲਾ ਮੈਥੋਂ ਤੇਥੋਂ ਦਰਗਾਹ 'ਚ ਲੈ ਲਾਂਗੇ ਜਦੋਂ ਕਹਿੰਦਾ ਵੀ ਸੂਈ ਲੈ ਲਾ ਮੈਥੋਂ ਤੇ ਸੂਈ ਲਿਜਾ ਕੇ ਘਰ ਵਾਲੀ ਨੂੰ ਕਹਿੰਦਾ ਲਾ ਵੀ ਆ ਸਾਂਭ ਕੇ ਰੱਖਦੇ ਅੱਗੇ ਮਾਈਆਂ ਬੀਬੀਆਂ ਨਾ ਸੂਈ ਨੂੰ ਤੇਲ ਵਾਲੀ ਬੋਤਲ 'ਚ ਰੱਖ ਦਿਆ ਕਰਦੀਆਂ ਵੀ ਨਾਲੇ ਤਾਂ ਪੈਰ 'ਚ ਨਹੀਂ ਵੱਜੂ ਨਾਲੇ ਜੰਗਾਲ ਨਹੀਂ ਲੱਗੂ ਲੈ ਸੂਈ ਨੂੰ ਸਾਂਭ ਕੇ ਰੱਖਦੇ ਜਾਂ ਕੰਧ 'ਚ ਕੱਢਦੇ ਨਹੀਂ ਸੂਈ ਬਸ ਸਾਂਭ ਕੇ ਰੱਖ ਲਾ ਕਹਿੰਦੇ ਕਿਉਂ ਕਹਿੰਦਾ ਗੁਰੂ ਨਾਨਕ ਨੇ ਜਿਹਨੇ ਆਪਣੇ ਪਿਓ ਦਾ ਆਧਾਰ ਕੀਤਾ ਉਹ ਕਹਿੰਦਾ ਤੇ ਇੱਥੋਂ ਦਰਗਾਹ 'ਚ ਲੈ ਲੈ ਉਹਨੇ ਸੂਈ ਦੁਨੀ ਚੰਦ ਦੇ ਪੈਰਾਂ 'ਚ ਮਾਰੀ ਕਹਿੰਦੀ ਭੋਲਿਆ ਮੈਨੂੰ ਇਉਂ ਦੱਸ ਸੂਈ ਦੀ ਤਾਂ ਗੱਲ ਛੱਡ ਤੇਰਾ ਤਾਂ ਸਰੀਰ ਵੀ ਨਹੀਂ ਦਰਗਾਹ 'ਚ ਜਾਣਾ ਇਹਨੂੰ ਵੀ ਜਾਲ ਦੇਣਗੇ ਇਹਨੂੰ ਵੀ ਜਾਲ ਦੇਣਗੇ ਤੂੰ ਸੱਚੀ ਗੱਲ ਮੇਰੀ ਸੁਣ ਤੂੰ ਵੀ ਤੇ ਮੈਂ ਆਪਾਂ ਨੰਗੇ ਹੀ ਆਏ ਸੀ ਤੇ ਨੰਗਿਆਂ ਨਹੀਂ ਜਾਣਾ ਇੱਕ ਕੌਡੀ ਵੀ ਨਾਲ ਨਹੀਂ ਆਪਣੇ ਜਾਣੀ ਜਦੋਂ ਇੰਨੀ ਕਹੀ ਬਈ ਨੰਗੇ ਆਏ ਸੀ ਨੰਗਿਆਂ ਨਹੀਂ ਜਾਣਾ ਨਾਂਗੇ ਆਵਣ ਨਾਂਗੇ ਜਾਣਾ ਤੇ ਦੁਨੀ ਚੰਦ ਸੋਚੀ ਪੈ ਗਿਆ ਕਹਿੰਦਾ ਕਮਾਲ ਦੀ ਗੱਲ ਹੈ ਮਹਾਰਾਜ ਕੋਲ ਸੂਈ ਲੈ ਕੇ ਆ ਗਿਆ ਕਹਿੰਦਾ ਲਓ ਮਹਾਰਾਜ ਸੂਈ ਸਾਂਭ ਲਓ ਕਹਿੰਦੇ ਕਿਉਂ ਕਹਿੰਦਾ ਮਹਾਰਾਜ ਦਰਗਾਹ ਤਾਂ ਸਰੀਰ ਨੇ ਵੀ ਜੰਨੀ ਜਾਣਾ ਇਹਨੂੰ ਵੀ ਸਾੜ ਦੇਣਗੇ ਚਾਰ ਤਰ੍ਹਾਂ ਦਾ ਸੰਸਕਾਰ ਹੈ ਮਹਾਰਾਜ ਕਿਸੇ ਨੂੰ ਸਾੜ ਦਿੰਦੇ ਆ ਕਿਸੇ ਨੂੰ ਦਰਖਤ ਨਾਲ ਟੰਗ ਦਿੰਦੇ ਆ ਕਿਸੇ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਕਿਸੇ ਨੂੰ ਧਰਤੀ 'ਚ ਦੱਬ ਦਿੰਦੇ ਸੱਚੇ ਪਾਤਸ਼ਾਹ ਇਹਦੇ ਨਾਲ ਤਾਂ ਕੁਝ ਆ ਮਹਾਰਾਜ ਕਹਿੰਦੇ ਨਾਲੇ ਆ ਝੰਡੇ ਗਿਣ ਗਿਣ ਕੇ ਦੱਸਦਾ ਮੇਰੇ ਕੋਲ ਇੰਨਾ ਲੱਖ ਰੁਪਈਆ ਤੇ ਇਹਨੂੰ ਕਿੱਥੇ ਲੈ ਜਾਏਗਾ ਇੰਨੀ ਗੱਲ ਕਹੀ ਤੇ ਦੁਨੀ ਚੰਦ ਚਰਨਾਂ 'ਤੇ ਡਿੱਗ ਪਿਆ ਜਿਵੇਂ ਕੌਰੂ ਬਾਦਸ਼ਾਹ ਨੂੰ ਗੁਰੂ ਨਾਨਕ ਨੇ ਕਿਹਾ ਸੀ ਉਹ 40 ਗੰਜ ਕਿੱਥੇ ਲੈ ਜਾਏਗਾ ਮੁਰਦਿਆਂ ਦੇ ਮੂੰਹਾਂ 'ਚੋਂ ਰੁਪਈਏ ਕੱਢ ਕੇ ਰਾਜਾ ਬਣਿਆ ਫਿਰਦਾ ਕਿੱਥੇ ਜਾ ਵੜੇਗਾ ਉਹ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਉਤਸ਼ਵ ਹੈ ਮਹਾਰਾਜ ਨੇਪਾਲ ਦੇ ਬਾਰਡਰ 'ਤੇ ਚਲੇ ਗਏ ਕਿਰਨ ਨੇਪਾਲ ਦੇ ਬਾਰਡਰ
जो गए ना तो दिन छप गया। दीपालपुर शहर से महाराज कहते मरदानिया कहना हाँ महाराज कहते आए कर इन्हें लोगों को पोछा पर रात कट लगे इतने दिन छप चलिया कहते सत बजन बाबा जी चलिया गया लोग कट्ठे हुए बैठे आ जो पांच दस खुंडा ते बंदे बैठे होंगे ना उन्हों का कम पता की होंगे जेड़ा कोल दी लंघे वो निंदा शुरू कर देने जो दिशा हटका दूजे की कर देने और कुछ पल्ले नहीं होंगे जमे इन महाराज दुष्टा की चौंकड़ी कहते हैं निंदा करने वाले ना महाराज की कहते दुष्ट चौंकड़ी सदा कूड़ कमावे जे रब दियां गल्लां करदे कोल दो जाने बैठे तो उन्हू संगत कहिंदे आ एक सिख दो साध संगत रब दी गल करन वाले नू संगत कहिंदे आ ते पराई निंदिया करन वाले नू बाणी दुष्टां दी चौंकड़ी दसदी आ भावां दे गुरु ग्रंथ साहिब दे कोले बंदा बैठा होवे निंदिया करन वाले नू महाराज चंगा नहीं समझदे ते ना ही दो बंदियां दी दवाई बणी है एक निंदक की दवाई नहीं बनी तो एक अहंकारी बंदे की दवाई नहीं बनी दो बंद गुरु नानक के घर च थान नहीं मिलता जिन्ना मर्जी चौड़ा होया फिर केड़े केड़े एक अहंकारी बंदे गुरु नानक के घर च थान नहीं मिलता तो एक गुरु नानक के घर च तिखे बंदे थान नहीं मिलता ए मन चंचला चतराई किने ना पाया चतराई ना पाया किने तू सुन मन मेरे हर जू अहंकार न भावे वेद कूक सुना हुण लोग बैठे मरदाने ने जाके क्या कहिंदे जी असीं रात कटनी है तो सानू कोई जगह हैगी हलो कहिंदे जी तुहाडे वास्ते तो साडे पिंड च जगह है जदों मरदाने नूं जवाब दिता ते मरदाना गुरु नानक नूं आण के कहिंदा महाराज जी वह कहिंदे साडे पिंड तां कोई जगह ही है नहीं रहिण नूं तुहाडे अगे पिंडां च धर्मशाला बणियां होया करदियां पिंडां च धर्मशाला होणियां ते घर घर च लंगर हुंदा सी पिंडां च पुरातन समें च मैं देखिया लंगर पता किवें घर घर होणा बंदे ने बाहरों आउणा हाल छड के दो बेरी जट जिहड़ा चंगा जट सी दो बेरी हल जोड़दा सी जिहड़ा छोटा सी वह एक बेरी हल जोड़दा सी जिहड़े जिहदा कम ज्यादे सी उहने दो बेरी हल जोड़ना दुपहरे आराम करके फिर जोड़ जिमीदार ने हल छड के आउणा घर वाली नूं कहिणा भागवान ने कहिंदी जी की गल है कहिंदे आउं करी कुछ प्रसादे ज्यादे ला ली कोई ना कोई राही पांदी आ जांदा हुंदा इहनूं कहिंदे लंगर हुण इओ पुछदे आ वी बुढ़िया पुछणगियां किन्नियां किन्नियां प्रसादे खावेंगा लै लालो साहब हुण आए इहो जी हालत लोक अगे लोगों ने इओ क्या करना बई कोई राही पांदी अपने आजूगा लस्सी बना के रख ला प्रसादा ला के रख ला ते पता नहीं गुरु नानक ने कदों राही पांदी नूं किसे नूं कन्न देना उहनूं प्रसादा भी छकाउणा उहनूं कहना गुरमुखो साडे घरे आराम करके जा इनू कहते घर घर लंगर हुण कलयुग का समय हुण आपां रोटी किसे नूं खोणी तां की आ घरदिआं नूं भी पुछदे आ वी किन्नी खाऊंगा वी किते रोटी बच ना जावे किते ना एक अद्धी रोटी किते बच ना जावे इहो जिहा समां आ गया कलयुग का समां भैड़ा समां बहुत मेरा कहण दा मतलब है गुरु नानक मरदाने नूं कहिंदे मरदाना फिर जाके पुछ के मरदाना फिर चलिया गया बे भाई कोई माड़ी मोटी जगह बनी तिखे बंदे दी बोली च फर्क हुंदा अहंकारी बंदे दी तौर च फर्क हुंदा जिहड़ा अहंकारी बंदा होवे ना वह आए तुरू भी कमरी धरती मेरा भार ही नहीं चलदी यह अहंकारी बंदे दी निशानी है तिखा बंदा जदों बोलूगा अंदरों हसूगा तो गल तिखे पुणे दा करदा अंदरों हसदा भाई मेरे अर्गा भी कोई तिखा एक तिखा जा बंदा बोलिया कहिंदा ऐ करो
ਉਹ ਜਿੱਥੇ ਆਪਣੇ ਪਿੰਡ ਵਾਲਾ ਕੋੜੀ ਪਿਆ ਉੱਥੇ ਘੱਲ ਦਿਓ ਇਹਨਾਂ ਨੂੰ, ਆਪੇ ਕੋੜੀ ਕੋਲੇ ਬੈਠੇ ਰਹਿਣਗੇ ਰਾਤ ਨੂੰ। ਉਹ ਕਹਿੰਦੇ ਜੀ ਇਉਂ ਕਰੋ, ਸਾਡੀ ਹੱਦ ਆ ਨਾ ਜਿੱਥੇ ਜਾ ਕੇ ਮੁੱਕਦੀ, ਜੂ ਵੀ ਕਹਿ ਦਿੰਦੇ ਹੱਦ ਵੀ ਕਹਿ ਦਿੰਦੇ, ਉੱਥੇ ਧਰਮਸ਼ਾਲਾ ਬਣੀ ਆ ਉੱਥੇ ਤੁਸੀਂ ਰਹਿੰਦੇ ਜਾ ਕੇ। ਮਰਦਾਨੇ ਨੇ ਰਾਹ ਪੁੱਛ ਲਿਆ, ਜਾ ਕੇ ਗੁਰੂ ਨਾਨਕ ਨੂੰ ਦੱਸਤਾ। ਹੁਣ ਕੱਚੇ ਰਾਹ ਤੁਰੇ ਜਾਂਦੇ ਆ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਜਿੱਥੇ ਹੱਦ ਖਤਮ ਹੋਈ ਨਾ ਪਿੰਡ ਦੀ, ਮਹਾਰਾਜ ਖੜ ਗਏ, ਦਿਨ ਛਿਪ ਗਿਆ ਹਨੇਰਾ ਹੋ। ਮਹਾਰਾਜ ਕਹਿੰਦੇ ਮਰਦਾਨਾ ਦੇਖ ਬਈ ਧਰਮਸ਼ਾਲਾ ਕਿੱਥੇ ਹੈ। ਜਦੋਂ ਮਰਦਾਨੇ ਦਾ ਆਵਾਜ਼ ਸੁਣੀ ਗੁਰੂ ਨਾਨਕ ਦੀ, ਤੇ ਉੱਥੇ ਛੰਨ ਦੇ ਵਿੱਚ ਕੋੜੀ ਪਿਆ, ਉਹਦੀ ਧਾਰ ਨਿਕਲ ਗਈ। ਪੜਿਆ ਕਰਦੇ ਗੱਜ ਵੱਜ ਕੇ ਬੋਲਿਓ, ਉਹ ਤਾਂਗਾ ਮਾਰ ਕੇ ਨਮਾਣੀ ਜੰਦ ਰੋਵੇ, ਜਦੋਂ ਦੁੱਖ ਪੈਂਦੇ ਸਹਿਰ ਮਾਰ ਕੇ ਨਮਾਣੀ ਜੰਦ ਰੋਵੇ, ਜਦੋਂ ਦੁੱਖ ਪੈਂਦੇ ਸਹਿਰ ਵੇ, ਜਦੋਂ ਦੁੱਖ ਪੈਂਦੇ ਸਹਿਰ ਮਹਾਰਾਜ ਕਹਿੰਦੇ ਮਰਦਾਨਿਆ, ਕਹਿੰਦਾ ਹਾਂ ਮਹਾਰਾਜ। ਆ ਕਹਿੰਦੇ ਰੋਣ ਦੀ ਆਵਾਜ਼ ਦੇਖਿਆ, ਰੋਂਦਾ ਕੌਣ ਹੈ? ਮਰਦਾਨਾ ਅੱਗੇ ਗਿਆ ਤੇ ਛੰਨ ਦੇ ਵਿੱਚ ਪਿਆ ਕੋੜੀ, ਸਾ ਸੰਗਤ ਐਂ ਰੋਂਦਾ ਜਿਵੇਂ ਪੜਿਆ ਕਰਦੇ ਗੱਜ ਵੱਜ ਕੇ ਬੋਲਿਓ ਵੀ ਇਹ ਧਾ ਕਿਸੇ ਸਮੇਂ ਸੁਰਗਾਂ ਦੇ ਰਾਜੇ ਨੇ ਵੀ ਮਾਰੀ। ਪੜਿਆ ਕਰਦੇ ਉਹ ਰੋਵੇ ਇੰਦਰਾਪੁਰੀ ਦਾਵੇ ਰਾਜਾ ਲੱਗਿਆ ਵਿਆਹ, ਰੋਵੇ ਇੰਦਰਾਪੁਰੀ ਦਾਵੇ ਰਾਜਾ, ਸਤਿ ਸ਼੍ਰੀ ਅਕਾਲ।
ਬਾਣੀ ਦੀ ਪੰਕਤੀ ਹੈ ਸੁਹਾਂਸਰ ਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੈ ਕਰ ਆਇਆ ਅਜਾ ਸਰੋਵੈ ਭੀਖੇ ਖਾਏ ਐਸੀ ਦਰਗਾ ਐਸੀ ਦਰਗਾ ਮਿਲਾ ਸਜਾਏ ਕਹਿ ਜਾ ਸੀਨ ਹੋਣਾ ਸਰੀਰ ਉੱਤੇ ਹਜ਼ਾਰ ਕਿਸਮ ਦਾ ਭੰਗ ਮਤ ਵਾਲਾ ਕੁੜ ਚੱਲ ਗਿਆ ਗੌਤਮ ਨਾਰ ਹੱਲਿਆ ਇਸਤਰੀ ਤੇ ਦੇਖ ਇੰਦਰ ਲੁਭਾਇਆ ਸਹਿ ਸਰੀਰ ਚਹਿਣ ਪੱਗ ਹੋਏ ਤਾਂ ਮਨ ਪੁੱਛੋ ਤਾਇਆ ਮਤਲਬ ਗੌਤਮ ਨੇ ਸਰਾਪ ਦੇਤਾ ਤੇ ਸਰੀਰ ਤੇ ਕੁੜ ਚੱਲ ਗਿਆ ਇਸੇ ਤਰ੍ਹਾਂ ਕੋੜੀ ਛੰਨ ਚ ਪਿਆ ਤੇ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਉਹ ਛੰਨ ਦੇ ਵਿੱਚ ਨਾ ਇੱਕ ਕੋੜੀ ਪਿਆ ਤੇ ਮਹਾਰਾਜ ਦੇਖਿਆ ਨਹੀਂ ਜਾਂਦਾ ਤਾਂ ਹੀ ਮਾਰਦਾ ਮਹਾਰਾਜ ਕਹਿੰਦੇ ਮਰਦਾਨੇ ਚੱਲ ਕੇ ਦੇਖ ਗਏ ਕਹਿੰਦਾ ਬਾਬਾ ਜੀ ਉਹ ਛੰਨ ਤਾਂ ਵੜਨ ਨੂੰ ਚਿੱਤ ਨਹੀਂ ਕਰਦਾ ਤੁਸੀਂ ਕਹਿੰਦੇ ਆਪਾਂ ਚੱਲ ਗਏ ਕਹਿੰਦੇ ਉਹ ਮਰਦਾਨਿਆ ਭਲਿਆਂ ਨਾਲ ਭਲਾਈ ਕਰਨੀ ਮਾਫ ਕਰਨ ਕੁੱਲ ਸਿਆਣੇ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ ਇਹ ਗੁਰੂ ਨਾਨਕ ਦੇ ਵਿਰਸੇ ਵਿੱਚ ਬੁਰੇ ਦਾ ਭਲਾ ਕਰ ਦੇਣਾ ਤੇ ਆਪਾਂ ਗੁਆਂਢੀ ਦਾ ਸੁੱਖ ਦੇਖ ਕੇ ਬਰਦਾਸ਼ਤ ਨਹੀਂ ਕਰਦੇ ਇਹਨਾਂ ਬੰਦੇ ਨੂੰ ਜ਼ਖਮ ਦਾ ਦੁੱਖ ਨਹੀਂ ਜਿੰਨਾ ਗੁਆਂਢੀ ਦੇ ਸੁੱਖ ਦਾ ਦੁੱਖ ਬਣਦਾ ਮਹਾਰਾਜ ਕਹਿੰਦੇ ਮਰਦਾਨੇ ਮੈਨੂੰ ਵੀ ਦੇਖ ਲੈਣ ਦੇ ਚਲੇ ਗਏ ਜਦੋਂ ਅੰਦਰ ਛੰਨ ਚ ਵੜੇ ਨਾ ਤੇ ਕੋੜੀ ਧਾ ਮਾਰ ਕੇ ਕਹਿੰਦੇ ਮਹਾਰਾਜ ਜੀ ਉਹ ਛੱਡ ਗਏ ਜਿੰਦੇ ਨੀ ਮੈਨੂੰ ਸੰਗੀ ਸਾਥੀ ਛੱਡ ਕੇ ਦਿੰਦੇ ਨੀ ਅੱਜ ਸੰਗੀ ਸਾਥੀ ਨਾਲ ਦੇ ਉਹ ਛੱਡ ਕੇ ਦਿੰਦੇ ਨੀ ਅੱਜ ਤੈਨੂੰ ਸੰਗੀ ਸਾਥੀ ਨਾਲ ਦੇ ਛੱਡ ਕੇ ਜਿੰਦੇ ਨੀ ਅੱਜ ਸੰਗੀ ਸਾਥੀ ਨਾਲ ਦੇ ਸਖਾ ਸਭ ਤਬ ਗਏ ਕਹੁ ਨ ਨਿਭਿਓ ਕਹੁ ਨਾਨਕ ਏ ਬੇਬਤ ਮੈਂ ਦੇਖ ਏਕ ਰਗ ਗੁਰੂ ਨਾਨਕ ਦੇ ਮਹਾਰਾਜ ਕੋੜੀ ਦੇ ਸਾਹਮਣੇ ਖੜੇ ਹੈ ਤੇ ਕੋੜੀ ਕਿਤੇ ਹੱਥ ਚੱਕ ਕੇ ਮਹਾਰਾਜ ਮੇਰੇ ਹੱਥਾਂ ਦੀਆਂ ਉਂਗਲਾਂ ਵੀ ਝੜ ਗਈਆਂ ਮਹਾਰਾਜ ਮੇਰੇ ਪੈਰ ਤੋਂ ਮੇਰੇ ਪੈਰਾਂ ਦੀਆਂ ਉਂਗਲਾਂ ਵੀ ਝੜੀਆਂ ਪਈਆਂ ਤੇ ਮਹਾਰਾਜ ਕਹਿੰਦੇ ਭਾਈ ਹੁਣ ਕਹਿੰਦਾ ਸੱਚੇ ਪਾਤਸ਼ਾਹ ਸੱਚੀ ਗੱਲ ਤੁਹਾਨੂੰ ਦੱਸਾਂ ਜਿਨ੍ਹਾਂ ਦੀ ਖਾਤਰ ਮੈਂ ਦਿਨ ਰਾਤ ਪਾਪ ਕਰਦਾ ਸੀ ਭਗਤ ਕਬੀਰ ਜੀ ਕਹਿੰਦੇ ਬਹੁ ਪਰਪੰਚ ਕਰ ਪਰ ਤਨ ਲਿਆ ਵਾ ਸੁੱਤ ਦਾਰਾ ਪੈ ਆਣ ਲਟਾ ਵਾ ਮਨ ਮੇਰੇ ਭੁੱਲੇ ਕਪਟਨ ਕੀਚਾ ਅੰਤਨ ਵਿਰ ਤਨ ਜੀ ਪੈ ਲੀਜੈ ਛਿਨ ਛਿਨ ਤਨ ਸੀਜਾ ਜਰਾ ਜਨਾਬ ਆ ਤਬ ਤੇਰੀ ਓਕ ਕਹਿੰਦਾ ਮਹਾਰਾਜ ਜੀ ਸੱਚੀ ਗੱਲ ਤੁਹਾਨੂੰ ਦੱਸਾਂ ਜਿਨ੍ਹਾਂ ਦੀ ਖਾਤਰ ਮੈਂ ਦਿਨ ਰਾਤ ਪਾਪ ਕਰ ਕਰਕੇ ਠੱਗੀਆਂ ਮਾਰ ਮਾਰ ਕੇ ਲਿਆਉਂਦਾ ਸੀ ਤੇ ਇਸ ਵੇਲੇ ਮੈਨੂੰ ਪਾਣੀ ਦੀ ਵੀ ਘੁੱਟ ਦੇਣ ਨੂੰ ਤਿਆਰ ਮਹਾਰਾਜ ਜਦੋਂ ਦਾ ਬੈਦਾਂ ਨੇ ਦੱਸਿਆ ਹਵਾ ਕੀਟਾਣੂ ਕੀਟ ਜੇ ਇਹਨੂੰ ਘਰੇ ਰੱਖੋਗੇ ਤੁਹਾਨੂੰ ਵੀ ਕੁੜ ਹੋ ਸਕਦਾ ਕਹਿੰਦਾ ਮਹਾਰਾਜ ਜੀ ਆ ਛੰਨ ਚ ਰੱਖ ਗਏ ਰੋਟੀ ਸੋਟੀ ਨਾ ਬੰਨ ਕੇ ਫੜਾਉਂਦੇ ਆ ਜਦੋਂ ਕਹਿੰਦੇ ਰੋਟੀ ਸੋਟੀ ਨਾ ਬੰਨ ਕੇ ਫੜਾਉਂਦੇ ਆ ਤੇ ਮਹਾਰਾਜ ਨੇ ਕੋੜੀ ਦੀ ਹਾਲਤ ਦੇਖੀ ਤੇ ਕੋੜੀ ਨੇ ਧਾ ਮਾਰ ਕੇ ਮਹਾਰਾਜ ਮੈਨੂੰ ਬਖਸ਼ ਦੋ ਮਹਾਰਾਜ ਦਿਆ ਦੇ ਘਰ ਚੱਲ ਕਹਿੰਦੇ ਮਰਦਾਨਿਆ ਕਹਿੰਦਾ ਹਾਂ ਮਹਾਰਾਜ ਕਹਿੰਦੇ ਰਬਾਬ ਸੁਰ ਘਰ ਕਹਿੰਦੇ ਬਾਬਾ ਜੀ ਕੋੜੀ ਵੀ ਛੰਨ ਚ ਇੱਥੋਂ ਦਾ ਮੁਸ਼ਕ ਮਾਰਦਾ ਕਹਿੰਦੇ ਮਰਦਾਨਿਆ
कहते भगत फरीद का सलोक नहीं पढ़िया, फरीद का बुरे का भला कर, गुस्सा मन ना हंडाए, देही रोग ना लगी पल्ला सब कुछ पाए। कहते मरदानिया रवाब सुर कर, जेड़ा राग है ना ये तंती साग ना लापया जाता, बाजे ना राग लापया नहीं जाता, अण संगीत का खिताब आ बाजे ने। असली जेड़ा राग है जे लापना होवे तो तंती साजना तारा वाले साजना, क्यों गुरु नानक तो लैके तारा वाले साजना कीर्तन होंदा सी। आ बाजे तो कल चले, बाजे तो जेड़े कल चले आ, मेरा मधुबला गुरु नानक ने रवाब ना कीर्तन किया, गुरु अर्जन देव जी महाराज सरंदे ना कीर्तन करया कर, गुरु नानक देव महाराज कहंदे मरदानिया रवाब बजा। बाणी आई है गुरु नानक ने 19 रागां च बाणी उच्चारण की है, गुरु नानक साहब जी महाराज ने 19 रागां च बाणी उच्चारण की, कितने नहीं कहा मरदानिया रवाब बजा शब्द पढ़ गए। महाराज की क्या करते, मरदानिया रवाब बजा बाणी आई है, तीन चीजा गुरु नानक ने दरगाह तो लिया के दिखा सिख कौम, एक बाणी बेई नदी चुंबा मारिया, एक कड़ा प्रसाद की देख जो बगदाद च गए, तो मरदाने की रवाब दरगाह चो मंगाई भी है गुरु नानक ने। यह तीन चीजा गुरु नानक ने दरगाह च रहो विचार, मेरा कहने का मतलब है मरदाने ने रवाब सुर की है, तो महाराज कहते तनासरी महला पहला, मतलब की है तनासरी राग दे विच ते पहली पातशाही दी रसना तो बाणी पवित्र होके आई, पहली पातशाह दी रसना तो बाणी पवित्र होके आई, ते गुरु जी ने कोड़ी दी शन च शब्द पढ़िया, जियो तप तो है बारो बार, तप तप खपा बहुत बेकार, जै तन बाणी विसर जाए, जो पक्का रोगी बल लाए, बहुता बोलन चखन खोए, बिन बोले जाना सब सोए, जन कन कीते अखी नाक, जन जेपा दित्ती बोला तात, जन मन राखे अग्नि पाए, बाजा पवन अखा सब जाए, जेता मोह प्रीत सुहाग, सभा काल खुदागा दाग, दाग दोष मोह चलिया लाए, दरगा बैसन ना ही जाए, कर मिला आखण तर नाऊ, जित लग तरना खुर नहीं थाऊ, जे को डूबा फिर होवे सार, नानक साचा सरबत। गुरु नानक ने लापना राग लापया शब्द पढ़िया तो दिन चढ़ गया, देख लो सारी रात ही कीर्तन करी गए होने, नहीं मेरे अर्गे चार कौडिया नू तां कीर्तन बार बार करदा, जो तो पता होवे चार कौडिया नहीं मिलदियां उदों झाकदा भी नहीं बंदा, किड्डे किड्डे रागी पाए चार कौडियां ना मिलन, जे शब्द पढ़ जाण तां कह दिओ झाकण के भी नहीं, सानू जरूरी काम है, असी जाना जरूरी है, पर धन गुरु नानक देव महाराज एक कौड़ी दी शन च बंदा चार कौडियां तो बगैर रौल नहीं ला के राजी, कित रौल एक ज्यादा लग जाए उत्थे रौला पै जाऊ भी इन्ने पैसे मेरे बच गए, ऐह जा समा आ गया। इन्हू महाराज ने पता की क्या, जब ये गए विपरन की रीत मैं ना करूं, जदों कहते मेरे सिखां दा गुजारा पूजा से होने लग गया, मैंने सिखां ते भरोसा ही नहीं रहना, खाना मैं भी गुरुद्वारे आना सोचो, पर मैं अज तक किसी तो कौडी मंगी नहीं, किसी को 50 साल हो गए मैंने कीर्तन करदे नूं, कोई बंदा कित कह नहीं सकता भी किसी तो मैं ना जा तेल मंगया हो जा पैसा मंगया हो, खाना मैं भी गुरु घर चा, पर मैं आपकी परालभ तो खाना है, मैं किसी का दिता नहीं खाता, मेरी परालभता है मैं वो छकदा है, मैं दूजे का दिता कदे नहीं मैं खाना, मैं गुरुद्वारे की गोलक नूं हथ नहीं ला के देख के आया, साढ़े गुरुद्वारे दुकाना कितने मैं किराए नूं हथ ला के नहीं देखे, मैं वो चीज खाना जिहड़ी मेरी परालभता, मैं वो छकदा, पहला बड़ी परालभत पिछो बनिया शरीर, तुलसी रामा बात आचार जग है मन नहीं बनता तीर, परालभत ते बंदा कितने रह के देख ले, ते बाणी पढ़ के देख ले, नरचित लोग कोठे तो नहीं पदार्थ छटणगे, गुरु नानक ने सारी जिंदगी च डेरा नहीं बनाया, राजे ना राजे थालां दे थाल भर के लालां दे दिंदे सी, गुरु नानक झाकिया बड़ी होणी कोड़ी नौ पर नौ करता, जदों कोड़ी नौ पर नौ कीता ते दिन चढ़दे नूं महाराज उत्थे नूं लई आउंदा, जिहड़े लोकां ने रात कट्टण नूं थां नहीं सी दित्ता, जदों दिन चढ़दे नूं लई आउण
ते कोड़ी नू कहिंदे आ मूरे लग साडे धन गुरु नानक साहिब महाराज जेड़े कोड़ी नू लोग रोटी नहीं सी फड़ाउंदे ते गुरु नानक दा कोड़ी मूरे लाया गुरु नानक मरदाना पिछे तुरे आउंदे है ते कोड़ी उच्ची उच्ची पढ़दा आउंदा पंगतियां समा होया मैं अगे दवान ते मोहाली दवान है उत्थे पहुंचना माफ करियो साध संगत गज बज के बोलियो ओ सुनियो मेरे मीता महिमा संता दी सुनियो मेरे मीता महिमा संता दी ओ सुनियो मेरे मीता महिमा ओ सुनियो मेरे मीता महिमा संता दी सुनियो मेरे मीता महिमा संता दी वेदा तो भी न्यारी महिमा संता दी गुरु अर्जन देव जी महाराज का वचन साध की महिमा वेद पर अज कल युग का समय जेड़ा संतां दी निंदिया जी करे कहण के बड़ा प्रचारक है मैनू दसो निंद के प्रचारक हुंदे आ जेड़ा संतां दी निंदिया जी करे ना कहण के आ प्रचारक आ असली तां 1430 अंग गुरु ग्रंथ साहिब दा है गुरु नानक दी बाणी 19 रंगां च है गुरु अंगद देव जी महाराज दी बाणी श्लोकां और पौड़ियां च है गुरु अमरदास जी महाराज दी बाणी 17 रंगां च है गुरु रामदास जी महाराज की बाणी 30 रागां च है गुरु अर्जन देव जी महाराज की बाणी 30 रागां च है सारी बाणी 31 रागां च है गुरु तेग बहादुर जी महाराज ने जयजा बंती दा शब्द उच्चारण कीते राग लापिया बाणी सारी 31 रागां च है मेरा कहण दा मतलब है 31 रागां च 1430 अंग दे विचों इक थां दिखा दिओ वी संतां दी निंदा कीती संतां दी गल छड्डो मन्नियो दसो किसे धर्म की निंदा करी दिखा दिओ कोई धर्म किसे नूं लड़ना नहीं सिखाउंदा कोई धर्म किसी को लड़ना सिखाता ही नहीं ना किसी कालज च पीड़ लगता भी तेनों लड़ना सिखा दे ये तो अंदरली अग लड़ाउंदी है बंदे दे अंदर चार तरह की अग है हंस गेत लोभ कोप यह अंदरली अग तुहानूं लड़ाउंदी है अंदरली अग तुहानूं धर्मां दा रौला पाउंदी है पर धर्म कोई नहीं माड़ा गुरु नानक ने चौ वर्णा को सांझा कहा मेरा कहण दा मतलब है अज जेड़ा निंदिया जी करे कहन गए आ प्रचारक है पर एक गल सुनियो बाणी कहंदी निंदिया भली किसे की नहीं मन मुख मुक्त करन मोह काले तिन निंदका नरकै घोर कहंदे अवाछी नरका नू जाऊ जेड़ा साधा दी निंदिया करदा साधा दासगां नू कहंदे आ मेरा कहन मतलब है बाबा श्री चंद नू भी निंददे आ जदों सिख कृपाण जी पाले ना फिर बाबे निंद बाबे श्री चंद नू निंदूगा मैनू ओ दसो तो गुरु नानक का खून सी तू तो पानी अर्गा भी नहीं ओदे अर्गा बाबे श्री चंद का इतिहास पढ़ो गुरु नानक सुरती ते समान उड़दा सी ते बाबा श्री चंद कमलगे दे मोढ़ियां ते बह के उड़दा सी बाबा श्री चंद ने कमलगियां दे मोढ़े ते बह के उड़ जाना जिन्नी गुरु नानक ने यात्रा की बाबे श्री चंद ने उन्नी यात्रा की मेरा कहने का मतलब है सने दे गुरु नानक दरगाह नू गया ते बाबा श्री चंद सने दे दरगाह नू चलिया गया ते अज दा बंदा की तुसी दरगाह नू तां कित्थे जा वड़ोगे चार उंगलां हथ बाहीं वधा के दिखा दो जिहड़ा चार योजन बाह वधाउंदा निंदिया तां भले भले रब दी कर लो उहने कदों तुहानूं कहिणा पौंदे हथ गालां कढ रब ने किसे आण के तुहानूं कहिणा पर निंदिया करन वाला बंदा इउं समझो वी जिवें कोई बंदा मैल खांदा हुंदा निंदा करने वाला बंदा यह जहाँ होंगे जिमें आप कही मैं तो मैल खाने मेरा कहने का मौल मतलब है जे किसी की औसत नहीं कर सकते निंदा ना करो जे किसी का भला नहीं कर सकते बुरा ना करो
इस तरह गुरु नानक आ गए दीपालपुर च। वो लोग पुछदे तैनू किन राजी करता, कहिंदा मैनू आ संतां ने रात राजी करता। वो लोग कहिंदे महाराज सानू बख्श, कहिंदे भाई धर्मशाला बढ़ाओ, धर्मशाला बन गई। तो महाराज ने उन्होंने आ समा बख्शिया जिहड़ा हुण आपां नूं मिलिया संगत करन दा। जदों आ समा बख्शिया संगत करन दा ते महाराज तुरन लग्या ने ना, जिहड़े कोड़ी नूं लोग रोटी नहीं सी फड़ाउंदे, महाराज ने प्रचार कथा पता ला भी तू इउं करी ना तो संगत कराया करनी है। इहनूं कहिंदे आ गुरु नानक सब ते वड्डा, सतगुर नानक जिन कल राखी मेरी। गज वज के बोलो, आनंद साहब दीआं छे पौड़ियां दा पाठ होना है, कड़ा प्रसादी देख सजी है। ते बेनती आवां मैं छेती जाना, इतों दो तिना घंटिया दा साडा राह है, ते फिर दीवान है। ते इस करके उन्हां दे वी इक दीवान ते मैथों आया नहीं गया, क्यों मैं हरिद्वार गया सी, कल हरिद्वार दीवान सी। मेरा कहण दा मतलब है बई अज मेरा फुरना उन्हां दे दीवान ते जाना है, ते मैं साल संग अरदास होने लग जानी है, मैं संगत तो आग्या लै लेनी है, मेरे ते कृपा रखियो। गज बज के बोलो, आनंद साहब दीआं छे पौड़ियां दा पाठ गज बज के बोलना है। पहला एक धारना पढ़नी है, वह कादी, वह गुरु नानक देव जी महाराज की वड्याई। तन नानका कमाई तेरी बड़िया, तन नानका कमाई तेरी बड़िया, ओ तन नानका कमाई तेरी, बाबा जी नू सत आख दे, तन नानका कमाई तेरी बड़िया, बाबा जी नू सत आख दे, भारी करी तपछिया, रोड़ा दी गुर करी बिछाई, रोड़ा दी गुर करी बिछाई, तन तेरी ओ कमाई बाबा नानका, तन तेरी आ कमाई बाबा नानका, बड़ियाई गुरमुख दे प्रभ हर पावा, सोई गुरमुख नानक राध्या, सब आखो धन 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 गुरु सोई। राम कली महला तीजा, आनंद एक ओंकार सतगुर प्रसाद, आनंद पिया मेरी माए सतगुरु मैं पाया, सतगुर तां पाया, ओ रागर सुन पर बार परियां शब्द गामन आईया, कागा नानक नंदो गोवा सतगुरु मैं पाया,
हर नाल रो तू मन मेरे दुख सब बसारना ओ सबना गला समरथ स्वामी सो कौ मनो बसारे ओ साचे सगवा ज्ञान की करते करता ओ सदा सब सलागा तेरी नाम मन बसावे ओ कह नानक सच्चे सगव क्या नांगी कर तेरा सच्चा कर शांत सुख मन आए बसया जने चा सब पजान्या ओ कह नानक सुनमो संतो शब्द करो प्यारो सच्चा बाजे पंच शब्द तत् ओ पंच दूध तुद बस कीते काल कंटक मारिया ओ कह गए नानक तै सुख होवा तत्कार अन गद बाजे ओ पार ब्रह्म प्रपाया उतरे सगल बसूर ओ संत सजन पै सबसे पूरे गुरते जानी बन पंत नानक गुर चरण लागे बाजे अनदा तूर सलोक पवन गुरु पै ओ दस रात दो जाई दाया खेल सगल जगत ओ करमी आपो अपनी के नेड़ा कै दूर ओ नानक ते मुख उजले केती छुट्टी नाल बोल वाहिगुरु जी का वाहिगुरु जी का खालसा वाहिगुरु जी की फतेह।